ਸਾਸ੍ਰੀਕਾਲ ਤੁਸੀਂ ਵੇਖ ਰਹੇ ਹੋ ਪੰਜਾਬ ਮੇਲ ਯੂਐਸਸੀ ਟੀਵੀ ਪੰਜਾਬ ਫੋਕਸ ਦੇ ਵਿੱਚ ਸਵਾਗਤ ਗੱਲ ਉਹੀ ਹੈ ਜੋ ਹਮਸ ਦਾ ਹਮਲਾ ਹੈ ਇਜ਼ਰਾਈਲ ਦੇ ਉੱਤੇ ਔਰ ਪੂਰੀ ਦੁਨੀਆ ਦੇ ਵਿੱਚ ਇਹਦੀ ਚਰਚਾ ਬਣੀ ਹੋਈ ਹੈ ਅਸੀਂ ਜਾਣਦੇ ਹਾਂ ਕਿ ਜੋ ਬਾਈਡਨ ਇੱਕ ਬੈਲੈਂਸ ਆਫ ਪਾਵਰ ਰੱਖ ਕੇ ਚੱਲਣਾ ਚਾਹੁੰਦੇ ਨੇ ਈਰਾਨ ਨੂੰ ਚੇਤਾਵਨੀ ਦਿੱਤੀ ਹੋਈ ਹੈ ਉਹਨਾਂ ਨੇ ਹਮਸ ਨੂੰ ਵੀ ਉਹਨਾਂ ਨੇ ਚੇਤਾਵਨੀ ਦਿੱਤੀ ਹੋਈ ਹੈ ਔਰ ਬਕਾਇਦਾ ਆਫੀਸ਼ੀਅਲਸ ਦੇ ਨਾਲ ਉਹਨਾਂ ਦੇ ਅਥਾਰਟिटीज ਦੇ ਨਾਲ ਕੰਟੈਕਟ ਦੇ ਵਿੱਚ ਹੈਗੇ ਨੇ ਔਰ ਇਜ਼ਰਾਈਲ ਨੂੰ ਮਦਦ ਦੇ ਰਹੇ ਨੇ ਔਰ ਸੈਨਿਕਾਂ ਦੀ ਸਹਾਇਤਾ ਵੀ ਮਿਲ ਰਹੀ ਆ ਸੋ ਹੁਣ ਗੱਲ ਇਹ ਆ ਇਹ ਜਿਹੜਾ ਪ੍ਰੈਸ਼ਰ ਬਣਿਆ ਹੋਇਆ ਹੈ ਇਹਦਾ ਨਤੀਜਾ ਕੀ ਹੋਏਗਾ ਯੂਕਰੇਨ ਤੇ ਰਸ਼ੀਆ ਦੀ ਵਾਰ 600 ਦਿਨ ਹੋ ਗਏ ਉਹਦਾ ਅਲੱਗ ਇਫੈਕਟ ਪੈ ਰਿਹਾ ਸਾਰੇ ਦੇਸ਼ਾਂ ਦੇ ਉੱਤੇ ਔਰ ਇਸ ਯੁੱਧ ਦਾ ਵੀ ਇਫੈਕਟ ਪੈਣਾ ਔਰ ਜੇ ਕਿਤੇ ਕੱਚੇ ਤੇਲ ਦੀ ਕੀਮਤ ਵਧ ਗਈ ਤਾਂ ਉਸ ਤੋਂ ਬਾਅਦ ਇਹ ਸਾਰੀ ਦੁਨੀਆ ਦੀ ਇਕਨੋਮੀ ਨੂੰ ਹਿਲਾ ਕੇ ਰੱਖ ਦੇਗਾ ਕਿਉਂਕਿ એનર્ਜੀ ਸੈਕਟਰ ਦੇ ਉੱਤੇ ਇਸ ਵਕਤ ਸਭ ਤੋਂ ਜ਼ਿਆਦਾ ਖਤਰਾ ਬਣਿਆ ਹੋਇਆ ਹੈ ਯੂਕਰੇਨ ਦੀ ਵਾਰ ਦੇ ਵੀ એનર્ਜੀ ਸੈਕਟਰ ਦੇ ਉੱਤੇ ਖਤਰਾ ਬਣਾਇਆ ਕਿਉਂਕਿ ਕੱਚੇ ਤੇਲ ਦੀ ਕੀਮਤ ਦਾ ਅਸਰ ਪਿਆ ਔਰ ਉਸੇ ਤਰ੍ਹਾਂ ਹੁਣ ਇਸ ਵਾਰ ਦਾ ਜ਼ਿਆਦਾ ਅਸਰ ਪੈਣਾ ਹੈ ਔਰ ਇਸਲਾਮਿਕ ਕੰਟਰੀਜ਼ ਔਰ ਇਧਰ ਯਹੂਦੀ ਨੇਸ਼ਨ ਕਿਹਾ ਜਾਂਦਾ ਹੈ ਕਿ ਇਸਲਾਮਿਕ ਕੰਟਰੀਜ਼ ਤੇ ਯਹੂਦੀ ਨੇਸ਼ਨ ਦਾ ਆਪਸ ਦਾ ਟਕਰਾਅ ਹੈ ਪਰ ਨਹੀਂ ਇਤਿਹਾਸ ਬਹੁਤ ਪੁਰਾਣਾ ਬਹੁਤ ਗਹਿਰਾ ਹੈ ਇਹ ਇਲਾਕਾ ਵਪਾਰ ਦੇ ਤੌਰ ਤੇ ਵੀ ਬਹੁਤ ਇੰਪੋਰਟੈਂਟ ਹੈ ਔਰ ਅਸੀਂ ਹਿਸਟਰੀ ਦੇਖਦੇ ਹਾਂ ਕਿ ਜਿਸ ਜਿਸ ਕੌਮ ਦਾ ਇਸ ਇਲਾਕੇ ਦੇ ਉੱਤੇ ਦਬਦਬਾ ਰਿਹਾ ਉਹ ਹਮੇਸ਼ਾ ਟ੍ਰੇਡ ਦੇ ਵਿੱਚ ਅੱਗੇ ਵਧਿਆ ਔਰ ਜੋ ਅਸੀਂ ਜੀ20 ਦੇ ਵਿੱਚ ਨਵਾਂ ਇੱਕ ਮੁੱਦਾ ਲੈ ਕੇ ਆਏ ਸੀ ਕਿ ਅਸੀਂ ਇੱਕ ਇਕਨੋਮਿਕ ਕੋਰੀਡੋਰ ਬਣਾਣਾ ਹੈ ਉਹ ਵੀ ਅਸੀਂ ਮੀਡਲ ਈਸਟ ਦੇ ਵਿੱਚ ਹੋਈ ਘਟਨਾ ਸੀ ਉਹਦੇ ਵਿੱਚ ਵੀ ਇਜ਼ਰਾਈਲ ਦਾ ਇਹ ਇਲਾਕਾ ਸ਼ਾਮਿਲ ਹੋਣਾ ਸੀ ਇੰਡੀਆ ਮੀਡਲ ਈਸਟ ਐਂਡ ਫਿਰ ਯੂਰੋਪੀਅਨ ਨੇਸ਼ਨਸ ਔਰ ਉਸ ਵਕਤ ਇਸ ਕੋਰੀਡੋਰ ਦਾ ਕੀ ਬਣਨਾ ਇਹ ਤੇ ਹਜੇ ਕੁਝ ਵੀ ਪੱਕੀ ਤੌਰ ਤੇ ਨਹੀਂ ਕੀਤਾ ਜਾ ਸਕਦਾ ਕਿਉਂਕਿ ਜੋ ਇਜ਼ਰਾਈਲ ਦੇ ਅੰਦਰ ਹਾਲਾਤ ਬਣੇ ਹੋਏ ਨੇ ਇਨਸਾਨੀ ਜਾਨਾਂ ਜਾ ਰਹੀਆਂ ਨੇ ਔਰ ਨਾਲ ਸਰਮਾਇਦਾ ਵੀ ਨੁਕਸਾਨ ਹੋ ਰਿਹਾ ਹੈ ਔਰ ਸਭ ਤੋਂ ਵੱਡਾ ਨੁਕਸਾਨ ਇਹ ਹੋਣਾ ਹੈ ਕਿ ਕੱਚੇ ਤੇਲ ਦੀ ਕੀਮਤ ਵਧੀ ਤੇ ਉਧਰੋਂ ਫਿਰ ਅਮਰੀਕਾ ਵੀ ਕੋਈ ਸਟੈਪ ਲਏਗਾ ਔਰ ਅਮਰੀਕਨ ਡਾਲਰ ਹੋਰ ਜ਼ਿਆਦਾ ਮਜ਼ਬੂਤ ਹੋਏਗਾ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਕਰਨਗੇ ਔਰ ਉਸਨਨ ਪਾਰਤ ਦੀ ਅਰਥਵਿਵਸਥਾ ਤੇ ਉੱਤੇ ਵੀ ਅਸਰ ਪਏਗਾ ਜੇ ਕਿਤੇ 82 ਤੋਂ 83 ਔਰ 83 ਤੋਂ 84 ਰੁਪਏ ਨਿਕਲ ਗਿਆ ਡਾਲਰ ਭਾਰਤ ਦੀ ਕਰੰਸੀ ਦੇ ਮੁਕਾਬਲੇ ਵਿੱਚ ਤੇ ਵਿੱਚ ਤੇ ਇੰਡੀਆ ਬਹੁਤ ਜ਼ਿਆਦਾ ਦਬਾਅ ਦੇ ਵਿੱਚ ਆ ਸਕਦਾ ਹੈ ਔਰ 2024 ਦੀਆਂ ਇਲੈਕਸ਼ਨਸ ਅਮਰੀਕਾ ਦੇ ਵਿੱਚ ਵੀ ਡਿਊ ਨੇ ਇੰਡੀਆ ਦੇ ਵਿੱਚ ਵੀ ਡਿਊ ਨੇ ਇਸ ਕਰਕੇ ਸੈਂਸਿਟਿਵ ਹਾਲਾਤ ਬਣੇ ਹੋਏ ਨੇ ਔਰ ਇਨਾ ਮੁੱਦਿਆਂ ਦੇ ਨਾਲ ਆਪਾਂ ਹੁਣ ਗੱਲ ਕਰਾਂਗੇ ਪੰਜਾਬ ਦੇ ਮੁੱਦਿਆਂ ਦੀ ਭਾਰਤ ਦੇ ਮੁੱਦਿਆਂ ਦੀ ਔਰ ਆਫਕੋਰਸ ਅਸੀਂ ਦੁਨੀਆ ਦੇ ਵੀ ਕੁਝ ਮਹੱਤਵਪੂਰਨ ਮੁੰਦੇ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਲਵਾਂਗੇ ਨਿਰੰਦਰ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਬਲਕਾਰ ਸਿੰਘ ਹਾਂਜੀ ਸੰਜੀਵ ਖੰਨਾ ਜੀ ਜਿਸ ਤਰ੍ਹਾਂ ਤੁਸੀਂ ਸ਼ਾਸਤੀ ਗੱਲ ਕਰ ਰਹੇ ਮੈਂ ਸ਼ਾਸਤੋਂ ਥੋੜਾ ਜਿਹਾ ਸਾਈਡ ਤੇ ਹਟ ਕੇ ਗੱਲ ਕਰਾਂਗਾ ਮੌਸਮ ਦੀ ਮੌਸਮ ਪੰਜਾਬ ਦਾ ਬਿਲਕੁਲ ਖੁਸ਼ਗੁਵਾਰ ਹੋ ਗਿਆ ਔਰ ਰੁੱਤਾਂ ਦੀ ਅਦਲਾ ਬਦਲੀ ਵੀ ਹੋ ਰਹੀ ਆ ਜੋ ਜਦੋਂ ਕਿ ਸਾਡੇ ਵਿਗਿਆਨੀਆਂ ਨੇ ਜਾਂ ਜਿਹੜੇ ਵੀ ਮੌਸਮ ਵਿਭਾਗ ਦੇ ਸੈਂਸਦਾਨ ਨੇ ਉਹਨਾਂ ਨੇ ਕਿਹਾ ਸੀ ਕਿ ਜਿਹੜੀਆਂ ਪੱਛਮ ਵੱਲੋਂ ਆਉਣ ਵਾਲੀਆਂ ਰੁੱਤਾਂ ਨੇ ਉਹਨਾਂ ਦੇ ਨਾਲ-ਨਾਲ ਜਿਹੜੀਆਂ ਵੀ ਪੌਣਾ ਨੇ ਜਿਹੜੀਆਂ ਮੌਨਸਨ ਪੌਣਾ ਨੇ ਉਹ ਵਾਪਸ ਚਲੇ ਗਈਆਂ ਪਰ ਦੇਖ ਲੋ ਰੱਬ ਦੇ ਰੰਗ ਉਹਨਾ ਜਾਣ ਦੇ ਬਾਅਦ ਵੀ ਝਲਕਾਂ ਨਾਲ ਭਰੀਆਂ ਹੁੰਦੀਆਂ ਉਹਨਾਂ ਨਾਲ ਮੀਂਹ ਹੁੰਦਾ ਉਹਨਾਂ ਨਾਲ ਬੱਦਲ ਹੁੰਦਾ ਉਹਨਾਂ ਦੇ ਬਾਅਦ ਵੀ ਜਾਣ ਦੇ ਵੀ ਮੀਂਹ ਪੈ ਗਿਆ ਕੱਲ ਦਾ ਔਰ ਰਾਤ ਵੀ ਮੀਂਹ ਪਿਆ ਔਰ ਝੰਡੇਰੀ ਝੱਖੜ ਵੀ ਆਏ ਫੁੱਲ ਬੂਟੇ ਡਗੇ ਵੀ ਆ ਔਰ ਪੰਗਰੇ ਵੀ ਆ ਔਰ ਉਸ ਤੋਂ ਬਾਅਦ ਜਦਾਂ ਦੇ ਨੇ ਕਿ ਅਸੂ ਮਾਨ ਰਾਲੇ ਦਿਨੇ ਧੁੱਪਾਂ ਰਾਤ ਨੂੰ ਪਾਲੇ ਹਨਾ ਉਹਦੇ ਨਾਲ ਇਹ ਹੈਗਾ ਕਿ ਮੌਸਮ ਬਦਲਦਾ ਹੈਗਾ ਵੀ ਰਾਤ ਨੂੰ ਠੰਡ ਹੁੰਦੀ ਸੀ ਪਰ ਬਰਾਤ ਦੇ ਮੀਂਹ ਪੈਣ ਨਾਲ ਹੋਰ ਟੈਂਪਰੇਚਰ ਡਾਊਨ ਹੋ ਚਲੇ ਗਿਆ ਸਰਦੀ ਆ ਰਹੀ ਆ ਹੁਣ ਸਵੈਟਰ ਜੈਕਟਾਂ ਗਰਮ ਕੱਪੜੇ ਜਰਾਬਾਂ ਕੱਢਣਾ ਪਊਗਾ ਸਰਦੀ ਬਿਲਕੁਲ ਆਪਣੇ ਦਸਤਕ ਦੇ ਰਹੀ ਆ ਸਾਰੇ ਰੁੱਤਾਂ ਦੇ لحاظ ਨਾਲ ਔਰ ਮੇਰਾ ਖਿਆਲ ਹੈ ਕਿ ਜੇ ਰੁੱਤਾਂ ਬਦਲਦੀਆਂ ਤੇ ਲੋਕ ਵੀ ਉਸੇ ਤਰ੍ਹਾਂ ਬਦਲ ਰਹੇ ਆ ਲੋਕਾਂ ਦੇ ਮਨ ਵੀ ਬਦਲ ਜਾਂਦੇ ਆ ਸਿਆਸਤ ਖਾਸ ਤੌਰ ਤੇ ਬਦਲਦੀ ਆ ਸਿਆਸਤ ਦੇ ਵਿੱਚ ਵੀ ਬੜੀ ਰਦੋਬਦਲ ਹੁੰਦੀ ਆ ਬੜੀ ਚੇਂਜਸ ਆਉਂਦੀਆਂ ਇਹਨਾਂ ਚੇਂਜਸ ਨਾਲ ਹੀ ਮੁੱਦੇ ਬਣਦੇ ਆ ਜਿੰਨਦੇ ਵੀ ਜੇ ਕੋਈ ਖਬਰ ਬਣਨੀ ਹੁੰਦੀ ਹੈ ਤਾਂ ਨਿਊਜ਼ ਜਿਹੜੀ ਜਦੋਂ ਬਣਦੀ ਹੈ ਜਦੋਂ ਕੋਈ ਘਟਨਾ ਹੁੰਦੀ ਹੈ ਕੋਈ ਹਾਦਸਾ ਹੁੰਦਾ ਤਾਂ ਤਦ ਖਬਰ ਬਣਦੀ ਆ ਜਨਰਲ ਲਾਈਫ 'ਚ ਕੋਈ ਖਬਰ ਨਹੀਂ ਬਣਦੀ ਔਰ ਇਹਦੇ ਵਿੱਚ ਜੇ ਆਪਾਂ ਗੱਲ ਕਰੀਏ ਜਿਹੜਾ ਆਪਾਂ بارشਾਂ ਦੀ ਗੱਲ ਕਰ ਰਹੇ ਹਾਂ ਮੌਸਮ ਦੀ ਗੱਲ ਕਰ ਰਹੇ ਹਾਂ ਝੋਨੇ ਦੇ ਉੱਤੇ ਇਹਦਾ ਕੀ ਅਸਰ ਪੈਗਾ ਕਿਉਂਕਿ ਫਸਲਾਂ ਤਾਂ ਫੇਰ ਵੀ ਨਹੀਂ ਔਰ ਕਿਸਾਨਾਂ ਦੀ ਸ਼ਾਂਤ ਆਈ ਹੋਈ ਹੈ ਇਸ ਵਾਰ ਫੇਰ ਤੋਂ ਔਰ ਕਹਿੰਦੇ ਨੇ ਕੁਦਰਤ ਦਾ ਕਹਿਰ ਹੈ ਹੁਣੇ ਦੱਸੋ ਇਹ ਫਸਲ ਦਾ ਕੀ ਬਣੇਗਾ ਜਿਹੜੀ ਹੁਣ ਬੀਜੀ ਗਈ ਆ ਗੱਲ ਬਿਲਕੁਲ ਤੁਹਾਡੀ ਵਧੀਆ ਤੁਸੀਂ ਬੜਾ ਨਾਲ ਗੱਲ ਕੀਤੀ ਕਿ ਇੱਕ ਮੌਸਮ ਦੇ ਵਿੱਚ ਜਦੋਂ ਮੀਂਹ ਪੈਂਦਾ ਨਾ ਤੇ ਫਸਲ ਇਸ ਵੇਲੇ ਖੜੀ ਹੈ ਝੋਨੇ ਦੀ ਪਹਿਲਾਂ ਤਾਂ ਝੋਨਾ ਜਦੋਂ ਲੱਗਾ ਸੀਗਾ ਜਦੋਂ ਪੈੜੀ ਲਾਈ ਸੀਗੀ ਜਿਹਦੇ ਵਿੱਚ ਪਨੀਰੀ ਪੁੱਟ ਕੇ ਲਾਈ ਸੀ ਉਦੋਂ ਉਹ ਝੋਨਾ ਲਾਉਣ ਦੇ ਨਾਲ ਕਦੂ ਕੀਤੇ ਗਏ ਪਾਣੀ ਛੱਡਿਆ ਗਿਆ ਫਿਰ ਬੇਸ਼ੁਮਾਰ ਬਾਰਿਸ਼ ਹੋ ਗਈ ਉਹਦੇ ਬਾਰਿਸ਼ ਨਾਲ ਝੋਨਾ ਡੁੱਬ ਗਿਆ ਔਰ ਤਬਾਹ ਹੋ ਗਿਆ ਫਿਰ ਦੁਬਾਰਾ ਲਾਇਆ ਗਿਆ ਜਿਹਦੇ ਵਿੱਚ एसजीपीसी ਨੇ ਵੀ ਹਮਾਇਤ ਕੀਤੀ ਪੰਜਾਬ ਗਵਰਨਮੈਂਟ ਨੇ ਵੀ ਕੀਤੀ ਔਰ ਕਈ ਐਨਜੀਓ ਵੀ ਏਜੰਸੀਆਂ ਸਾਹਮਣੇ ਆਈਆਂ ਉਹਦੇ ਨਾਲ ਫਿਰ ਸਟੈਂਡ ਕਰ ਗਏ ਕਰਸਾਨੀ ਦੁਬਾਰਾ ਚੋਨਾ ਹੋਇਆ ਚੋਨਾ ਹੁਣ ਜਿਹੜਾ ਦਸਹਰੇ ਤੋਂ ਪਹਿਲੇ ਪਹਿਲਾਂ ਕੱਟਿਆ ਜਾਂਦਾ ਐਸ ਵੇਲੇ ਕੱਟਿਆ ਜਾ ਰਿਹਾ ਸੀਗਾ ਇਹ ਜਗ੍ਹਾ ਤੇ ਕੱਟਿਆ ਵੇ ਗਿਆ ਮੰਡੀਆਂ 'ਚ ਵੀ ਆ ਗਿਆ ਔਰ ਪੂਗੰਤਮਾਨ ਸਰਕਾਰ ਨੇ ਕਹਤਾ ਕਿ ਅਸੀਂ ਡਾਇਰੈਕਟਲੀ ਪੈਸੇ ਉਹਨਾਂ ਦੇ ਪਾਵਾਂਗੇ ਜਦੋਂ ਖਰੀਦੋ ਫਰੋਖਤ ਹੋ ਰਹੀ ਆ ਪਰ ਜਿਹੜੀਆਂ ਫਸਲਾਂ ਖੜੀਆਂ ਨੇ ਖੰਨਾ ਜੀ ਉਹਦੇ ਨਾਲ ਥੋੜੀ ਜਿਹੀ ਡੈਮੇਜ ਹੋਊਗੀ ਤਬਾਹ ਹੋਊਗੀ ਫਸਲਾਂ ਡਿੱਗਣਗੀਆਂ ਔਰ ਡਿੱਗਣ ਕਰਕੇ ਥੋੜਾ ਬਹੁਤ ਜਿਹੜੀ ਮਸ਼ੀਨਾਂ ਤੇ ਨਹੀਂ ਕੱਟਣਗੇ ਉਹਨੂੰ ਮਸ਼ੀਨ ਚ ਖੜੀ ਜਿਹੜੀ ਡਿੱਗੀ ਫਸਲ ਉਹਨੂੰ ਸਟੈਂਡਿੰਗ ਕ੍ਰੌਪ ਨੂੰ ਕੱਟਦੀ ਹੈ ਔਰ ਉਹਦੇ ਨਾਲ ਜਿਹੜਾ ਇਹਨਾਂ ਤੇ ਝਾੜ ਤੇ ਵੀ ਅਸਰ ਪੈਂਦਾ ਉਹਦੇ ਵਿੱਚ ਇਹ ਹੈਗਾ ਕਿ ਹੁਣ ਜੇ ਉਹਨਾਂ ਕੱਟੇਗਾ ਤੇ ਫਿਰ ਕਣਕ ਦੀ ਬਜਾਈ ਹੋ ਜਾਣੀ ਹੈ ਹਨਾ ਸਰਵਾਂ ਬੀਜੀਆਂ ਜਾਣੀਆਂ ਸਬਜ਼ੀਆਂ ਆਉਣੀਆਂ ਹਨਾ ਉਹ ਚ ਫੁੱਲ ਗੋਭੀ ਪੱਤ ਗੋਭੀ ਕਈ ਤਰ੍ਹਾਂ ਦੀਆਂ ਗੋਭੀਆਂ ਵੀ ਲੱਗਣਗੀਆਂ ਔਰ ਸਬਜ਼ੀਆਂ ਵੀ ਬੀਜੀਆਂ ਜਾਣੀਆਂ ਪਰ ਹੁਣ ਜਿਹੜੀ ਐਸ ਵੇਲੇ ਸੌਣੀ ਦੀ ਫਸਲ ਖੜੀ ਹੈ ਜਿਹਦੇ ਵਿੱਚ ਮੱਕੀ ਵੀ ਹੈ ਮੱਕੀ ਦੇ ਟਾਂਡੇ ਤੇ ਹਵਾ ਨਾਲ ਡਿੱਗ ਪੈਂਦੇ ਆ ਉਹ ਬੜੇ ਕੱਚੇ ਹੁੰਦੇ ਆ ਨਾਲ ਛਲੀਆਂ ਲੱਗੀਆਂ ਹੁੰਦੀਆਂ ਉਹ ਵੀ ਕੱਚੇ ਹੁੰਦੇ ਆ ਉਹ ਡਿੱਗੇ ਤਬਾਹ ਹੋ ਜਾਂਦੇ ਆ ਪਰ ਉਹਨਾਂ ਦੇ ਵਿੱਚ ਜੇ ਛੱਲੀ ਪੱਕੀ ਆ ਫਿਰ ਉਹਨੂੰ ਕੋਈ ਨਹੀਂ ਗਿਆ ਫਿਰ ਉਹਦੇ ਟਾਂਡੇਾਂ ਚੋਂ ਛੱਲੀ ਕੱਢ ਕੇ ਲੈ ਜਾ ਜਾਂਦੇ ਆ ਲੋਕ ਕਿਸਾਨ ਪਰ ਝੋਨੇ ਦੀ ਫਸਲ ਦੇ ਵਿੱਚ ਥੋੜਾ ਬਾਤ ਹੈਗਾ ਨੁਕਸਾਨ ਹੁਣ ਦੇਖੋ ਇਹਦੇ ਵਿੱਚ ਗਰਦਾਬਰੀ ਹੁੰਦੀ ਜਾਂ ਕੀ ਕਰਦੇ ਆ ਜੇ ਕਿਸਾਨਾਂ ਨੇ ਇਹ ਸਟੈਂਡ ਲੈ ਲਿਆ ਕਿ ਸਾਡੀ ਝੋਨੇ ਦੀ ਫਸਲ ਜਿਹੜੀ ਖੜੀ ਤਬਾਹ ਹੋ ਗਈ ਆ ਤੇ ਮੁਆਵਜ਼ਾ ਦੇਣਾ ਪਊਗਾ ਸਰਕਾਰ ਨੂੰ ਉਹਨਾਂ ਨੇ ਮੁਆਵਜ਼ਾ ਦੇਣਾ ਕੀਤਾ ਹੁੰਦਾ ਔਰ ਕਈਆਂ ਨੇ ਆਪਣੇ ਉਤੇ ਵੀਮੇ ਵੀ ਕਰਾਇਆ ਸਟੈਂਡਿੰਗ ਕ੍ਰੌਪ ਦੇ ਬੀਮੇ ਵੀ ਇੰਸ਼ੋਰੈਂਸ ਹੈ ਇੰਸ਼ੋਰੈਂਸ ਹੁੰਦੀ ਹੈ ਸਟੈਂਡਿੰਗ ਕ੍ਰੌਪ ਜੇ ਡਿੱਗ ਪੈਂਦੀ ਹੈ ਡੈਮੇਜ ਹੋ ਜਾਂਦੀ ਹੈ ਰੁੱਤਾਂ ਨਾਲ ਜੇ ਆ ਕੇ ਕੋਈ ਚਖੜਾ ਜਾਂਦੇ ਆ ਤੇ ਉੱਚ ਕਿਸਾਨਾਂ ਨੂੰ ਪੈਸਾ ਮਿਲ ਜਾਂਦਾ ਸਾਰਾ ਇਹ ਉਹਨੇ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਇੰਸਦਾਨ ਨੂੰ ਜਾਂਦੇ ਆ ਉਹ ਵੀ ਵੇਹਦੇ ਜਾ ਕੇ ਵੀ ਕੀ ਪ੍ਰੋਬਲਮ ਆ ਗਈ ਇਹ ਦੇ ਵਿੱਚ ਕਿਉਂ ਕਿਸਾਨ ਐਸ ਵੇਲੇ ਨੁਕਸਾਨ ਉਠਾਰਿਆ ਔਰ ਪਤਾ ਕੀ ਹੁੰਦਾ ਇਹ ਜਿਹੜੀ ਕਿਸਾਨੀ ਆ ਨਾ ਇਹ ਕੁਦਰਤ ਤੇ ਨਿਰਭਰ ਕਰਦੀ ਹੈ ਜੇ ਤੁਹਾਡੀ ਫਸਲ ਖੜੀ ਖੜੀ ਹੈਗੀ ਗੜੇ ਪੈ ਗੇ ਕਣਕ ਤੇ ਸਿੱਟੇ ਪੁਰਗੇ ਖਤਮ ਜੇਂਦੇਰੀ ਆ ਗਈ ਡਿਗ ਪੀ ਕਣਕ ਪੁੰਗਰਾਈ ਤੇ ਖਤਮ ਅੱਗੇ ਵੀ ਇਸ ਤਰ੍ਹਾਂ ਹੋਇਆ ਔਰ ਜੇ ਝੋਨਾ ਵਾਂ ਝੋਨਾ ਲੱਗਿਆ ਲਗਾਏ ਡੁੱਬ ਗਿਆ ਜਿੱਦਾਂ ਹੁਣ ਹੋਇਆ ਸੀਗਾ ਉਹਦੇ ਚ ਝੋਨਾ ਵੀ ਬਰਬਾਦ ਇਹ ਕਿਸਾਨਨੀ ਜਿਹੜੀ ਹੈਗੀ ਹੈ ਕੁਦਰਤ ਤੇ ਨਿਰਭਰ ਕਰਦੀ ਹੈ ਉਹ ਮੰਨਦੇ ਵੀ ਜੇ ਕਿਸਾਨੀ ਦਾ ਜੇ ਪੈਦਾਵਾਰ ਹੈ ਤੇ ਜੇ ਘਰ ਆਏ ਉਹਦੇ ਭੋਲੇ ਚ ਪੈਣਗੇ ਦਾਣੇ ਫੇਰੀ ਆ ਬਾਹਰ ਆ ਤਾਂ ਬਿਲਕੁਲ ਅਗੇ ਛੋਲੇ ਵੀ ਦੇਖੇ ਪੁਰਾਣੇ ਜਿਹੜੇ ਟਿੱਬੇ ਸੀ ਉਹਨਾਂ ਤੇ ਤੇ ਮੀਂਹ ਦੇ ਨਾਲ ਹੀ ਛੋਲੇ ਉਗਦੇ ਸੀ ਕਬਡੇ ਹੁੰਦੇ ਸੀ ਬਿਲਕੁਲ ਐਕਸੈਕਟਲੀ ਜਦੋਂ ਤੇ ਬਿਜਲੀ ਗੜਕਦੇ ਜੀ ਪੈਂਦੀ ਸੀ ਉਹ ਸੜ ਜਾਂਦੇ ਸੀ ਬਿਜਲੀ ਚਾਣਨੀ ਪੈਂਦੀ ਸੀ ਉਹਨੂੰ ਚਾਣਨੀ ਕਹਿੰਦੇ ਸੀ ਮਾਸਰ ਵੀ ਤਬਾਹ ਜਾਂਦੇ ਛੋਲੇ ਵੀ ਜਾਂਦੇ ਡੱਡੇ ਨਿਕ ਨਿਕੇ ਜਿਹੜੇ ਸੜ ਜਾਂਦੇ ਵਿੱਚ ਇਹ ਇਹ ਹੁੰਦਾ ਸੀ ਪਰ ਉਹਦੇ ਵਿੱਚ ਮੂੰਗਫਲੀ ਨੂੰ ਕੁਝ ਨਹੀਂ ਸੀ ਹੁੰਦਾ ਮੂੰਗਫਲੀ ਰੇਤਲੇ ਇਲਾਕੇ ਚ ਹੁੰਦੀ ਆ ਜਿਸ ਤਰ੍ਹਾਂ ਇਸ ਤਰ੍ਹਾਂ ਲੋਹਿਆਂ ਵਾਲਾ ਇਲਾਕਾ ਹੈਗਾ ਸultanpur Lodhi ਵਾਲਾ ਇਲਾਕਾ ਹੈਗਾ ਔਰ ਉਧਰ ਜਿਹੜਾ ਜਿੱਦਰ ਉਹ ਪਾਸੇ ਇੱਕ ਪਾਹ ਬਹੁਤ ਹੈਗੀ ਉਹ ਜਿਹੜੀ ਬੈਲਟ ਹੈਗੀ ਮਾਨਸਾ ਬਠਿੰਡਾ ਫਿਰੋਜ਼ਪੁਰ ਫਰੀਦਕੋਟ ਵਾਲਾ ਉਹ ਏਰੀਆ ਇਹ ਸਾਰੇ ਸਾਰੇ ਜ਼ਮੀਨ ਦੇ ਅਕੋਰਡਿੰਗ ਹੁੰਦਾ ਮਾਝੇ ਚ ਜਿਹੜਿਆ ਹੈਗਾ ਚੋਨਾ ਬਹੁਤ ਹੁੰਦਾ ਔਰ ਇਹਦੇ ਚ ਜਾਂ ਚੋਨਾ ਕਲਰੀ ਜਿਵੇਂ ਚ ਹੁੰਦਾ ਕਪੂਰਥਲੇ ਦਾ ਰਾਉਂਡ ਸਾਰਾ ਚੋਨਾ ਬਹੁਤ ਹੁੰਦਾ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਕਿਸਾਨ ਨੂੰ ਪਤਾ ਕਿਸਾਨ ਕੇਵਲ ਸੈਂਸ ਦਾ ਨਿਰਭਰ ਨਹੀਂ ਕਰਦਾ ਉਹਦਾ ਪ੍ਰੈਕਟੀਕਲ ਲਾਈਫ ਹੁੰਦੀ ਵਿਵਾਰਕ ਤੌਰ ਤੇ ਉਹਨੂੰ ਪਤਾ ਦਾ ਐਸ ਮਿੱਟੀ ਚ ਕੀ ਉਗਣਾ ਸੋ ਕਿਸਾਨਾਂ ਦਾ ਮੈਨੂੰ ਮਾਰਕੀਟਿੰਗ ਦਾ ਉਹ ਮੰਡੀ ਕਰਨ ਦੇ ਦੋ ਮੈਂ ਬਾਦਾਮ ਵੀ اگਾ ਦੂੰਗਾ ਮੈਂ ਮੱਕੀ ਵੀ اگਾ ਦੂੰਗਾ ਮੈਂ ਐਪਲ ਵੀ ਸੇਬ ਵੀ اگਾ ਦੂੰਗਾ ਪਰ ਮੈਨੂੰ ਮੰਡੀ ਕਰਨ ਦਿਓ ਇੱਕ ਜ਼ਮਾਨਾ ਸੀਗਾ ਜੀ ਇੱਕ ਗੁਰਦਿਆਲ ਸਿੰਘ ਹੁੰਦੇ ਡਾਇਰੈਕਟਰ ਐਗਰੀਕਲਚਰ ਪੰਜਾਬ ਦੇ ਖੇਤੀਬਾੜੀ ਦੀ ਡਾਇਰੈਕ ਉਹਨੇ ਕੁਰੀ ਹਰਾਨ ਕਰਤਾ ਕਿ ਅਸੀਂ ਬੀਜ ਦੇਵਾਂਗੇ ਤੁਹਾਨੂੰ ਹਾਰਲੈਂਡ ਤੋਂ ਆਇਆ ਕੁਝ ਸਵਿਟਜ਼ਰਲੈਂਡ ਤੋਂ ਆਇਆ ਤਾਂ ਸੂਰਜਮੁਖੀ ਬੀਜ ਦਿਓ ਕਿਸਾਨਾਂ ਨੇ ਗੱਲ ਮੰਨ ਲਈ ਸੂਰਜਮੁਖੀ ਬੇਸ਼ੁਮਾਰ ਚਾਰੇ ਪਾਸੇ ਫੁੱਲ ਖੜੇ ਜਿਹੜੇ ਪੀਲੇ ਰੰਗ ਦੇ ਔਰ ਇਹ ਮੂਵ ਕਰਦਾ ਜਿੱਧਰ ਸੂਰਜ ਹੋਵੇ ਉਧਰ ਨੂੰ ਜਾਂਦਾ ਕੁਦਰਤ ਹਣਾ ਉਸ ਪਾਸੇ ਮੁਖ ਕਰ ਦੇਣਾ ਉਧਰ ਨੂੰ ਮੂੰਹ ਮੋੜ ਲੈਂਦਾ ਸੂਰਜਮੁਖੀ ਤੇ ਉਹ ਆਗਾ ਸੂਰਜਮੁਖੀ ਜਦੋਂ ਉਹ ਬਹੁਤ ਵੱਡੀਆਂ ਫਸਲ ਹੋ ਗਈ ਪੱਕ ਗਈ ਉਹਦਾ ਝਾੜ ਜਿਹੜਾ ਬਹੁਤ ਹੋਇਆ ਉਸ ਤੋਂ ਬਾਅਦ ਮੰਡੀ ਕਰਨ ਨਹੀਂ ਹੋਇਆ ਕਿਸੇ ਪਾਸੇ ਮਾਰਕੀਟਿੰਗ ਨਹੀਂ ਹੋਈ ਐਗਜ਼ੈਕਟਲੀ ਗੱਲ ਇਹ ਈ ਸਾਨੂੰ ਕੀਤਾਂ ਤੋਂ ਬਾਹਰ ਸੜਕਾਂ ਤੇ ਜਿਹੜਾ ਸੂਰਜਮੁਖੀ ਦਾ ਬੀਜ ਪਿਆ ਰਿਆ ਇਹ ਨਾ ਹੋਇਆ ਆਲੂ ਦਾ ਵੀ ਇਹੀ ਹਾਲ ਹੁੰਦਾ ਕਿਵੜੇ ਕਿਸਾਨ ਬੀਜ ਤੇ ਅੰਧਾਰ ਚ ਬਿਲਕੁਲ ਅੱਗੇ ਖਰੀਦਦਾ ਕੋਈ ਨਹੀਂ ਗੱਲ ਇਹ ਹੀ ਹੈ ਨਾ ਕਿ ਫਸਲ ਬੀਜਣ ਤੋਂ ਲੈ ਕੇ ਮਾਰਕੀਟ ਤੱਕ ਸਾਰਾ ਬੰਦੋਬਸਤ ਹੋਣਾ ਚਾਹੀਦਾ ਹੈ ਮਾਰਕੀਟਿੰਗ ਹੋਣੀ ਚਾਹੀਦੀ ਉਸ ਤੋਂ ਬਾਅਦ ਫਸਲ ਬਕੇ ਅੱਗੇ ਸਰਕਾਰ ਨੂੰ ਚੁੱਕ ਕੇ ਸਬਤਾਂ ਤੇ ਪਹੁੰਚਾਵੇ ਔਰ ਇਸ ਸਭ ਕਾਸੇ 'ਚ ਇੰਨੀ ਮਿਹਨਤ ਹੈ ਔਰ ਕਿਸਾਨ ਦੀ ਹੱਡ ਪੰਨ ਵੀ ਮਿਹਨਤ ਔਰ ਇਸ ਮਿਹਨਤ ਦੇ ਸਦਕਾ ਅਮਰੀਕਾ ਵੀ ਜਾਂਦੇ ਨੇ ਉੱਥੇ ਜਾ ਕੇ ਵੀ ਕੰਮ ਕਰਦੇ ਨੇ ਔਰ ਥਾਂ-ਥਾਂ ਤੇ ਹੋਰ ਮੁਲਕਾਂ ਦੇ ਵਿੱਚ ਵੀ ਜਾਂਦੇ ਨੇ ਹੁਣ ਅਮਰੀਕਾ ਦੀ ਗੱਲ ਇਹ ਆਦੀ ਹੈ ਕਿ ਵਰਕ ਪਰਮਿਟ ਹੈ ਜਿਹੜੀ ਉਹਦਾ ਮਿਆਦ 5 ਸਾਲ ਕਰ ਦਿੱਤੀ ਉਹਨਾਂ ਨੇ ਇਹ ਇੱਕ ਵਧੀਆ ਖਬਰ ਹੈ ਵਧੀਆ ਤੁਸੀਂ ਕਿਸਾਨੀ ਤੋਂ ਬਾਅਦ ਅਮਰੀਕਾ ਵੱਲ ਸਿੱਧੇ ਹੀ ਆਪਣੀ ਉਡਾਰੀ ਮਾਰੀ ਆ ਖੇਤਾਂ ਤੋਂ ਸਿੱਧਾ ਨਿਊਯਾਰਕ ਚੱਲਿਆ ਅਮਰੀਕਾ ਕਿਉਂਕਿ ਸਾਡੇ ਉੱਥੇ ਦਰਸ਼ਕ ਬੈਠੇ ਨੇ ਸਾਡੇ ਐਨਆਰਆਈ ਵੀਰ ਬੈਠੇ ਆ ਉਹਨਾਂ ਕਰਕੇ ਵੀ ਆ ਅਸੀਂ ਚਾਹੁੰਦੇ ਆ ਕਿ ਇਹ ਜਿਹੜੀ ਖਬਰ ਹੈ ਸਾਡੇ ਜਿਹੜੇ ਇੱਥੇ ਪੰਜਾਬੀ ਬੈਠੇ ਨੇ ਮਾਪੇ ਇੱਥੇ ਬੈਠੇ ਨੇ ਬੱਚੇ ਉਸ ਪਾਸੇ ਜਾਂ ਜਿਹੜੇ ਲੋਕ ਗਏ ਨੇ ਵਿਜ਼ਿਟਿੰਗ ਵੀਜ਼ੇ ਨਾਲ ਜਾਂ ਉੱਥੇ ਕੰਮ ਕਰਨ ਗਏ ਉਹਨਾਂ ਲਈ ਬੜੀ ਵੱਡੀ ਖਬਰ ਹੈ ਖੁਸ਼ਖਬਰੀ ਉਹਨਾਂ ਲਈ ਔਰ ਅਮਰੀਕਾ ਦੀ ਐਮਬੈਸੀ ਨੇ ਐਲਾਨ ਕਰ ਦਿੱਤਾ ਹੁਣ ਵੀਜ਼ਾ ਤੋਂ ਬਾਅਦ ਜਿਹੜੇ ਅਪਲਾਈ ਕਰਦੇ ਆ ਤੇ ਉਹਨਾਂ ਨੂੰ ਵਰਕ ਪਰਮਿਟ 5 ਸਾਲ ਲਈ ਮਿਲੇਗਾ ਜਿਹੜੇ ਵਿਚਾਰੇ ਗ੍ਰੀਨ ਕਾਰਡ ਦੀ ਉਡੀਕ 'ਚ ਬੈਠੇ ਸੀਗੇ ਅਜੇ ਵਰਕ ਪਰਮਿਟ ਮਿਲਿਆ ਨਹੀਂ ਸੀ ਉਹਨਾਂ ਦੀ ਵੀ ਜ਼ਿਆਦਾ ਖੁਸ਼ਖਬਰੀ ਵਧੀਆ ਔਰ ਉਹਨਾਂ ਲਈ ਇਹ ਖਬਰ ਖੁਸ਼ ਆਮਦੀਦਾ ਉਹਨਾਂ ਦੇ ਲਈ ਦੂਜਾ ਪਾਸੇ ਹੈਗਾ ਕਿ ਸਾਡੇ ਸਟੂਡੈਂਟ ਵੀ ਬਹੁਤ ਬੈਠੇ تھے ਪੜ੍ਹਾਈ ਲਈ ਗਏ ਕੁਝ ਸਾਡੇ ਡਾਕਟਰ ਵਕੀਲ ਜਿਹੜੇ ਉੱਥੇ ਗਏ ਸੀਗੇ ਜਿਹੜੇ ਕੰਮ ਕਰ ਰਹੇ ਆ ਜਿਹੜੇ ਉੱਥੇ ਆ ਉੱਥੇ ਐਨ ਆਰ ਆਈ ਬਣ ਗਏ ਆ ਉਹਨਾਂ ਨੂੰ ਵੀ ਬੜਾ ਫਾਇਦਾ ਹੋ ਗਿਆ ਜਿਹੜੇ ਪ੍ਰੋਫੈਸ਼ਨਲੀ ਲੋਕ ਬੈਠੇ ਸੀ ਜਿਹੜੇ ਵੀਜ਼ਾ 21 ਵਾਲੇ ਆ ਉਹਨਾਂ ਨੂੰ ਵੀ ਫਾਇਦਾ ਹੋ ਗਿਆ ਜਿਹੜੇ ਉੱਥੇ ਕੱਚੇ ਤੌਰ ਤੇ ਬੈਠੇ ਸੀ ਔਰ ਉਹ ਲੋਕ ਵੀ ਆ ਜਿਹੜੇ ਕੰਡਾ ਟੱਪ ਕੇ ਵੀ ਗਏ ਸੀਗੇ ਜਿਹੜੇ ਇਲੀਗਲ ਬੈਠੇ ਆ ਉਹਨਾਂ ਨੇ ਵੀ ਵਰਕ ਪਰਮਿਟ ਅਪਲਾਈ ਕਰਨੇ ਜਿਹੜੇ ਮੈਕਸੀਕੋ ਦੀ ਕੰਡ ਟੱਪ ਕੇ ਜਾਂਦੇ ਆ ਔਰ ਉਹਦੇ ਲਈ ਪੈਸਾ ਤਾਂ ਬੜਾ ਖਰਚ ਕਰ ਦਿੰਦੇ ਆ ਜਿਹੜੇ ਚ ਲੋਕੀ ਪੈਸਾ ਲੈਂਦੇ ਉਹਨਾਂ ਕੋ ਜਿਹੜੇ ਟਰੈਵਲ ਏਜੰਟ ਉਹ ਵੀ ਲੈਂਦੇ ਆ ਮਾਂ ਫਿਰ ਮਾਂ ਪਿਓ ਢੀਕ ਕਰਦਾ ਕਿ ਯਾਰ ਕਦੋਂ ਮੇਰਾ ਬੇਟਾ ਉੱਥੇ ਪੱਕਾ ਹੋ ਕੇ ਆਊਗਾ ਕਦੋਂ ਨਿਊਜ਼ ਆਊਗੀ ਪਰ ਹੁਣ ਅਧ ਵਿਚਾਲੇ ਤਾਂ ਨਹੀਂ ਹੈਗਾ ਮੋਸਟਲੀ 5 ਸਾਲੀ ਤਾਂ ਪੱਕਾ ਹੋ ਗਿਆ 5 ਸਾਲੀ ਨੂੰ ਕੋਈ ਕੱਢ ਨਹੀਂ ਸਕਦਾ ਤੇ ਰੈਗੂਲਰਲੀ ਕੰਮ ਕਰੂਗਾ 5 ਸਾਲ ਤੋਂ ਬਾਅਦ ਫਿਰ ਉਹਨੂੰ ਇਹ ਵੀਜ਼ਾ ਤਾਂ ਜਿਹੜਾ ਪੀਆਰ ਮਿਲ ਜੂਗੀ ਜਾਂ ਉਹਨੂੰ ਗ੍ਰੀਨ ਕਾਰਡ ਮਿਲ ਜੂਗਾ ਉਸ ਤੋਂ ਬਾਅਦ ਸਿਟੀਜ਼ਨ ਇਹ ਅਮਰੀਕਾ ਦੀ ਧਰਤੀ ਤੇ ਬੈਠੇ ਸਾਡੇ ਜਿਹੜੇ ਵੀ ਦਰਸ਼ਕ ਨੇ ਸਾਡੇ ਐਨਆਰਏ ਵੀਰ ਨੂੰ ਨਾਲੇ ਬਹੁਤ ਵੱਡੀ ਖਬਰ ਆ ਔਰ ਜਦੋਂ ਪਤਾ ਹੁੰਦਾ ਕਿ ਜਦੋਂ ਬਾਹਰਲੇ ਦੇਸ਼ਾਂ ਚਲੇ ਜਾਂਦੇ ਲੋਕ ਮੁੰਡੇ ਚਲੇ ਜਾਂਦੇ ਆ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਉਹ ਵੀ ਉਹਨਾਂ ਨੂੰ ਬਹੁਤਾ ਨੇੜੇ ਨਹੀਂ ਲਾਉਂਦੇ ਇਸ ਕਰਕੇ ਨਹੀਂ ਲਾਉਂਦੇ ਉਹਨਾਂ ਦਾ ਕੰਮ ਤੇ ਜਾਣਾ ਹੁੰਦਾ ਉਹਨਾਂ ਦੀ ਡਿਊਟੀ ਕਰਨੀ ਹੁੰਦੀ ਆ ਮੁੰਡੇ ਕਾਰਾਂ 'ਚ ਬੈਠੇ ਹੁੰਦੇ ਆ ਫਿਰ ਵਿਚਾਰੇ ਉਹ ਬਾਹਰ ਆਂਦੇ ਬੇਟਾ ਮੈਂ ਤੇਰਾ ਮਾਮਾ ਲੱਗਦਾ ਵਾਂ ਕਹਿੰਦਾ ਮੈਂ ਤੇਰਾ ਚਾਚਾ ਲੱਗਦਾ ਵਾਂ ਰਿਸ਼ਤੇਦਾਰੀ ਆ ਹਨਾ ਤੂੰ ਸਾਡਾ ਭਣਜਾ ਤੂੰ ਸਾਡਾ ਭਤੀਜਾ ਵਾ ਹੁਣ ਤੂੰ ਬਿਲਾਕਾਰ ਆਪਣਾ ਕੋਈ ਬੇਸਮੈਂਟ ਲੱਭ ਕੋਈ ਮੁੰਡਿਆਂ ਨਾਲ ਰਲ ਕੇ ਕੰਮ ਕਰ ਅਸੀਂ ਹੁਣ ਆਪਣੇ ਕੰਮ ਤੇ ਆ ਮੇਰੀ ਬੀਵੀ ਮੇਰੀ ਮੇਰੀ ਬੇ ਉੱਥੇ ਵਰਕ ਕਲਚਰ ਯਾ ਕਲਚਰ ਹੀ ਕੁਝ ਅਲੱਗ ਜਾ ਹੋ ਗਿਆ ਕੁਝ ਅਜੀਬ ਜਾ ਹੋ ਗਿਆ ਜੀ ਉਹ ਜਿਹੜੀਆਂ ਪੁਰਾਣੀਆਂ ਰਿਸ਼ਤੇਦਾਰੀਆਂ ਸੀ ਮੈਂ ਤਾਂ ਹੀ ਮੇਰੇ ਮਨ ਚੋਂ ਹਾਸਾ ਜਾ ਆ ਰ ਗਿਆ ਕਿ ਪੁਰਾਣੀਆਂ ਰਿਸ਼ਤੇਦਾਰੀਆਂ ਨੂੰ ਕੋਈ ਪੁੱਛਦਾ ਨਹੀਂ ਕਿਉਂਕਿ ਨਵੀਂ ਜਨਰੇਸ਼ਨ ਨੂੰ ਪੁਰਾਣੀਆਂ ਰਿਸ਼ਤੇਦਾਰੀਆਂ ਦਾ ਮਤਲਬ ਹੀ ਨਹੀਂ ਪਤਾ ਹਾਂ ਉਹਨਾਂ ਨੂੰ ਕੋਈ ਅੱਖ ਨਹੀਂ ਪਤਾ ਸਹੀ ਗੱਲ ਉਹਨਾਂ ਨੂੰ ਬਸ ਇੰਨਾ ਪਤਾ ਹੈ ਮਨੀ ਇੰਜੋਏ ਕਰੋ ਵੀਕਐਂਡ ਹੈ ਔਰ ਇਹ ਹੈ ਉਹ ਹੈ ਦੋਸਤਾਂ ਨਾਲ ਪਾਰਟੀ ਹੈ 뮤ਜ਼ਿਕ ਹੈ ਔਰ ਵਕ ਵਕ ਤਰ੍ਹਾਂ ਦਾ ਫੂਡ ਹੈ ਦੈਟਸ ਆਲ ਔਰ ਬਾਕੀ ਸੋਸ਼ਲ ਮੀਡੀਆ ਪੁਰਾਣੇ ਲੋਕ ਜਿਹੜੇ ਆ ਨਾ ਰਿਸ਼ਤਿਆਂ ਦੇ ਵਿੱਚ ਬੜਾ ਰਿਸ਼ਤਿਆਂ ਦੇ ਆਰ-ਪਰ ਰਹਿੰਦੇ ਸੀ ਬਹੁਤ ਮਿਲਦੇ ਸੀ ਬੜਾ ਲਗਾ ਹੁੰਦਾ ਸੀਗਾ ਉਹ ਕਹਿੰਦੇ ਰਿਸ਼ਤਾ ਮਿਲਿਆਂ ਦਾ ਹੁੰਦਾ ਤੇ ਜ਼ਮੀਨ ਵਾਉਣ ਦੀ ਜੇ ਜ਼ਮੀਨ ਨਹੀਂ ਵਾਓਗੇ ਤੇ ਬੰਜਰ ਹੋ ਜੂ ਰਿਸ਼ਤਾ ਅੰਗ ਸਾਖ ਮਿਲਦਿਆਂ ਦੇ ਹੁੰਦੇ ਜੇ ਮਿਲੋਗੇ ਤੇ ਤੁਹਾਡੇ ਵਿੱਚ ਪਿਆਰ ਹੋਊਗਾ ਮੁਹੱਬਤ ਆਊਗਾ ਮਿਲਾਪ ਹੋਊਗਾ ਦੁੱਖ ਸੁੱਖ ਤੇ ਜਾਓਗੇ ਉਹਨਾਂ ਦੇ ਤੇ ਤੁਹਾਨੂੰ ਕਹਿਣਗੇ ਕਿ ਇਹ ਗਿਵਨ ਟੇਕ ਨਹੀਂ ਮਿਲਦੇ ਆ ਔਰ ਦੂਜੇ ਪਾਸੇ ਜਿਹੜਾ ਹੈਗਾ ਕਿ ਲੋਕ ਹੁਣ ਨਵੇਂ ਮੁੰਡੇ ਉਹਨਾਂ ਨੂੰ ਪੁਰਾਣੇ ਖਿਆਲਾਂ ਦੇ ਲੋਕ ਮੰਨ ਲਾਪੇ ਜਿਹੜੇ ਬਜ਼ੁਰਗ ਲੋਕ ਨੇ ਜਦੋਂ ਚੰਗੀ ਗੱਲ ਕਹਿੰਦੇ ਆ ਬਾਪੂ ਤੇ ਤੇਰੇ ਵੇਲੇ ਹੁੰਦਾ ਸੀ ਹੁਣ ਉਹ ਗੱਲ ਨਹੀਂ ਰਹੀ ਕਨਸੈਪਟ ਹੈਜ਼ ਬੀਨ ਚੇਂਜਡ ਨਾਓ एवरीथिंग ਇਜ਼ ਚੇਂਜਿੰਗ ਉਹ ਬੱਚੇ ਉਹਨਾਂ ਦੀ ਗੱਲ ਨਹੀਂ ਮੰਨਦੇ ਹਾਲਾਂਕਿ ਉਹ ਤਜਰਬੇ ਦੀ ਗੱਲ ਹੁੰਦੀ ਆ ਉਹਦੇ ਵਿੱਚ ਉਹਨਾਂ ਨੇ ਆਪਣਾ ਸਾਰਾ ਕੁਝ ਹੰਡਾਇਆ ਹੁੰਦਾ ਉਹਦਾ ਸਿੱਟਾ ਜਿਹੜਾ ਪੋਜ਼ਿਟਿਵ ਹੁੰਦਾ ਪਰ ਬੱਚੇ ਉਹਨਾਂ ਨੂੰ ਕਹਿੰਦੇ ਨਹੀਂ ਤੁਸੀਂ ਤਾਂ ਪੁਰਾਣੇ ਖਿਆਲਾਂ ਦੇ ਬੰਦੇ ਜੇ ਤੁਹਾਡੇ ਰਿਸ਼ਤੇ ਵੀ ਪੁਰਾਣੇ ਆ ਨਵੇਂ ਨਾਲ ਤੁਹਾਡਾ ਕੋਈ ਗੰਢ ਤੁੱਪ ਨਹੀਂ ਹੋਣਾ ਅਸੀਂ ਨਵੇਂ ਲੋਕ ਆ ਸਾਡੀ ਗੱਲ ਚ ਬਾਤ ਜਿਹੜੀ ਆ ਨਵੀਂ ਧਰਤੀ ਦੀ ਗੱਲ ਹੈ ਚੰਦਰਮਾ ਦੀ ਗੱਲ ਹੈ ਸਾਡੀ ਗੱਲ ਸੂਰਜਵਾਲ ਦੀ ਸੂਰ ਦੀਆਂ ਕਿਰਨਾਂ ਦੀ ਗੱਲ ਹੈ ਤੁਸੀਂ ਤਾਂ ਉਸ ਜ਼ਮਾਨੇ ਦੇ ਬੰਦੇ ਜੇ ਜਿਸ ਜ਼ਮਾਨੇ ਚ ਲਾਈਨਾਂ ਵਾਹ ਕੇ ਤੇ ਫਿਰ ਟਾਈਮ ਵੇਖਿਆ ਜਾਂਦਾ ਹੈ ਹਵਾ ਵੇਖੀ ਜਾਂਦੀ ਸੀ ਮਿੱਟੀ ਉਡਾ ਕੇ ਹੈਨਾ ਪੂਰੇ ਦੀ ਹਵਾ ਨਾਲ ਮੀਂਹ ਆਉਂਦਾ ਸੀ ਹੁਣ ਮੀਂਹ ਆਂਦੇ 2 ਮਿੰਟ ਚ ਪਤਾ ਲੱਗਦਾ ਅੱਜ ਦੀ ਜਿਹੜਾ ਮੀਂਹ ਪੈ ਰਿਹਾ ਜਿਹਦੀ ਆਪਾਂ ਗੱਲ ਕੀਤੀ ਆ ਇਹ ਪਹਿਲਾਂ ਹੀ ਜਿਹੜੀ ਪ੍ਰੈਡਿਕਸ਼ਨ ਹੋ ਗਈ ਸੀ ਉਹਦੇ ਵਿੱਚ ਜਿੰਨਾ ਮੀਟੇਰੋਲੋਜੀਕਲ ਡਿਪਾਰਟਮੈਂਟ ਆ ਨਾ ਉਸੇ ਵੇਲੇ ਦੰਦਾ ਮੌਸਮ ਵਿਭਾਗ ਐਕਚੁਅਲੀ ਇੱਕ ਵਾਰ ਇੱਕ ਬਜ਼ੁਰਗ ਨਾਲ ਗੱਲ ਹੋਈ ਉਹ ਮੈਨੂੰ ਕਹਿੰਦੇ ਕਿ ਪਹਿਲਾਂ ਮਿੱਟੀ ਤੇ ਲਿਖਦੇ ਹੁੰਦੇ ਹੁੰਨੇ ਆ ਫਿਰ ਫੱਟੀ ਤੇ ਲਿਖਦੇ ਹੁੰਨੇ ਆ ਫਿਰ ਕਾਗਜ਼ ਤੇ ਲਿਖਦੇ ਹੁੰਨੇ ਆ ਤੇ ਮੈਂ ਕਿਹਾ ਭਾਈਆ ਜੀ ਜਿਹੜੇ ਅੱਜ ਕੱਲ ਸਿੱਧੇ ਕੰਪਿਊਟਰ ਤੇ ਲਿਖਦੇ ਨੇ ਡਿਜੀਟਲ ਲਿਖਦੇ ਨੇ ਟੈਬ ਤੇ ਲਿਖਦੇ ਨੇ ਉਹ ਉਹ ਤਾਂ ਗੱਲ ਤੇ ਨਹੀਂ ਵੱਖਰੀ ਕਾਕਾ ਬਟ ਇਹ ਆ ਕਿ ਮੁੱਦੇ ਤਾਂ ਉਹੀ ਹੋਣਗੇ ਨਾ ਗੱਲ ਤਾਂ ਇਹ ਆ ਕਿ ਲਿਖਣ ਪੜਨ ਦਾ ਜੋ ਸਿਸਟਮ ਹੈ ਉਹ ਤਾਂ ਉਹੀ ਹੋ ਰਹਿਗਾ ਉਹ ਚੀਜ਼ਾਂ ਬਦਲ ਗਈਆਂ ਮੈਂ ਕਿਹਾ ਇੱਕ ਗੱਲ ਕਹੀ ਨਾ ਪਤੇ ਦੀ ਹੁਣ ਇਹ ਚੀਜ਼ਾਂ ਸਿਖਾਉਣੀਆਂ ਨੇ ਨਵੀਂ ਪੀੜੀ ਨੂੰ ਕਿ ਜਿਹੜਾ ਪੜਨਾ ਲਿਖਣਾ ਹੈ ਉਹ ਸੇਮ ਆ ਉਹਦੇ ਵਿੱਚ ਕੋਈ ਮਦਲਾਵ ਨਹੀਂ ਜੇ ਅਸੀਂ ਪਿਆਰ ਦੀ ਮੁਹੱਬਤ ਦੀ ਰਿਸ਼ਤਦਾਰੀਆਂ ਦੀ ਗੱਲ ਕਰਦੇ ਆ ਤਾਂ ਪਿਆਰ ਦਾ ਨਾਂ ਕੱਲ ਵੀ ਪਿਆਰ ਸੀ ਅੱਜ ਵੀ ਪਿਆਰ ਹੈ ਤੇ ਕੱਲ ਵੀ ਪਿਆਰ ਹੀ ਹੋਣਾ ਇਸ ਕਰਕੇ ਆ ਚੀਜ਼ਾਂ ਸਮਝਾਉਣੀਆਂ ਜ਼ਰੂਰੀ ਨੇ ਜਿੰਨਾ ਪੜ ਲਿਖਿਆ ਉਹਨੇ ਖੁਦਗਰਜ਼ੀ ਤੇ ਸੈਲਫਿਸ਼ਨੈਸ ਆ ਗਈ ਆ ਪੁਰਾਣੇ ਲੋਕ ਜਿੱਦਾਂ ਤੁਸੀਂ ਕਿਹਾ ਨਾ ਸਲੇਟਾਂ ਤੇ ਫੱਟੀਆਂ ਤੇ ਤੇ ਜ਼ਮੀਨ ਤੇ ਲਿਖਦੇ ਸੀ ਟੋਕਵੇਂ ਤੇ ਹਿੰਦਸੇ ਆਂਦੇ ਸੀ ਉਹਨਾਂ ਨੂੰ ਉਹ ਜਿਹੜਾ ਟੀਚਰ ਬੋਲਦਾ ਸੀਗਾ ਲਿਖੋ 79 ਹੈ ਨਾ ਤਾਂ ਉਹਨਾਂ 79 ਲਿਖਣਾ ਅੱਜ ਦੇ ਬੱਚਾ ਨੂੰ 79 ਦੇ ਪਤਾ ਨਹੀਂ 69 ਲਿਖੋ ਨਾਮੇ ਲਿਖੋ ਹਨਾ ਲਿਖੋ ਤਾਂ ਅੱਜ ਦਾ ਬੱਚੇ ਨੂੰ ਕਹਿਣਾ ਤਰਕੀ ਇਹ ਨਾ ਕੋਈ ਵੀ ਨਹੀਂ ਦੱਸ ਸਕਦਾ ਔਰ ਉਹਦੇ ਚ ਫਿਰ ਕੁਛ ਕੱਤ ਲਖਾਈ ਦੇ ਪੰਜ ਨੰਬਰ ਮਿਲਦੇ ਸੀਗੇ ਫਿਰ ਗੁਰਮੁਖੀ ਜਾਂ ਪੰਜਾਬੀ ਲਿਖਣ ਲਈ ਫੱਟੀਆਂ ਤੇ ਦਿੱਤੀ ਜਾਂਦੀ ਸੀ ਉਹ ਲਿਖਦੇ ਸੀ ਫਿਰ ਉਹਨਾਂ ਨੂੰ ਉਮਾਰ ਕਰਕੇ ਲਿਖ ਕੇ ਦਿੰਦੇ ਸੀ ਬਿਲਕੁਲ ਬਲਕਾਰ ਜੀ ਅੱਜਕਲ ਕਈ ਲੋਕ ਲਿਖਣਾ ਭੁੱਲ ਗਏ ਨੇ ਇਸ ਕਰਕੇ ਮੈਂ ਪ੍ਰੈਕਟਿਸ ਕਰਦਾ ਮੈਂ ਰੋਜ਼ ਹਰ ਰੋਜ਼ ਅੱਧਾ ਘੰਟਾ ਪਾਉਣਾ ਘੰਟਾ ਜ਼ਰੂਰ ਲਿਖਦਾ ਤਾਂ ਕਿ ਲਿਖਣ ਦੀ ਪ੍ਰੈਕਟਿਸ ਨਾ ਮੇਰੀ ਜਾਵੇ ਵੈਸੇ ਪਤਾ ਕਿ ਕਲਮ ਹੁੰਦੀ ਸੀ ਮੈਂ ਆਪ ਖੁਦ ਲਿਖਿਆ ਕਾਨੇ ਦੀ ਕਲਮ ਕੱਟ ਕੇ ਉਹਦੇ ਉਹਦੇ ਟੋਕਾ ਲਾ ਕੇ ਨਕਵਾ ਸਾ ਉਹਦਾ ਖਸਾਬ ਕਰਕੇ ਫਿਰ ਸਿਆਹੀ ਨਾਲ ਲਿਖਦੇ ਸੀ ਔਰ ਉਹਦੇ ਨਾਲ ਉਹ ਫੱਟੀ ਤੇ ਵੀ ਲਿਖਦੇਗੇ ਡਰੰਕ ਨਾਲ ਕਾਪੀ ਤੇ ਲਿਖਿਆ ਜਾਂਦਾ ਡਰੰਕ ਨਾਲ ਡਰੰਕ ਨਾਲ ਉੱਥੇ ਲਿਖੇ ਜਾਂਦੇ ਪੈਨ ਸਿਆਹੀ ਵਾਲੇ ਹੁੰਦੇ ਸੀ ਟਿਊਬ ਵਾਲੇ ਹਨਾ ਜਿਹਦੇ ਚ ਸਿਆਹੀ ਭਰੀ ਜਾਂਦੀ ਹੁਣ ਤੇ ਬਾਲ ਪੈਨ ਆ ਗਏ ਇਹਨਾਂ ਨਾਲ ਲਖਾਈ ਵੈਸੇ ਠੜੀ ਵਿਗੜ ਜਾਂਦੀ ਆ ਉਹ ਐਂਦੇ ਵੀ ਲਿਖੇ موسی ਤੇ ਪੜੇ ਖੁਦਾ ਉਹ ਗੱਲ ਹੁੰਦੀ ਕੀ ਲਿਖਦਾ ਕੀ ਨਹੀਂ ਜਿੱਦਾਂ ਡਾਕਟਰਾਂ ਦੀ ਨਹੀਂ ਲਖਾਈ ਰਾਈਟਿੰਗ ਤੁਸੀਂ ਪੜ੍ਹ ਨਹੀਂ ਸਕਦੇ ਹਨ ਮੈਂ ਮਿਸਟ ਪੜ੍ਹਦਾ ਪਰ ਉਰਦੂ ਦੀ ਜਿਹੜੀ ਐਸਾ ਕੁਛ ਕੱਤ ਲਿਖਦੇ ਉਰਦੂ ਫਾਰਸੀ ਜਾਂ ਜਿਹੜੀ ਅਰਬੀ ਲਿਖਣ ਦੀ ਕਮਾਲ ਦੀ ਕੁਛ ਕੱਤ ਹੁੰਦੀ ਹੈ ਬਿਲਕੁਲ ਸਹੀ ਗੱਲ ਹੈ ਪੁਰਾਣੇ ਵਕਤਾਂ ਚ ਨਾ ਕਿਸੇ ਨੇ ਕਿਹਾ ਚਿੱਠੀ ਲਿਖ ਦੇ ਕਹਿੰਦਾ ਜੇ ਨੇੜੇ ਤੇੜੇ ਦੀ ਹੈ ਤਾਂ ਮੈਂ ਲਿਖ ਦੇਣਾ ਜੇ ਕਿਤੇ ਦੂਰ ਭੇਜਣੀ ਹੈ ਤਾਂ ਨਹੀਂ ਮੈਂ ਲਿਖ ਦੇਣਾ ਕਹਿੰਦਾ ਪੜਨ ਵੀ ਤਾਂ ਮੈਨੂੰ ਹੀ ਜਾਣਾ ਪੈਣਾ ਸਹੀ ਗੱਲ ਸੋ ਆਪਾਂ ਅੱਗੇ ਚੱਲੀਏ ਹੁਣ ਇੱਕ ਹੋਰ ਵੀ ਜਾਂਦਾ ਨਾ ਟੀਚਰ ਨੂੰ ਬੁਲਾਇਆ ਗਿਆ ਕੋਈ ਮਾਤਾਂ ਦੇ ਵੀ ਲੈਟਰ ਲਿਖੋ ਤੇ ਲੈਟਰ ਲਿਖ ਕੇ ਮੇਰੇ ਮੁੰਡਾ ਫੌਜ ਚ ਹੈਗਾ ਤੁਹਾਨੂੰ ਚਿੱਠੀ ਪਾਉ ਮੰਦੀ ਲੱਤ ਦੁਖਦੀ ਹੈ ਤਾਂ ਤੁਸੀਂ ਕਿ ਲਿਖਣੀ ਲੱਤ ਨਾਲ ਲਿਖਣੀ ਤੇ ਹੱਥ ਨਾਲ ਤੁਹਾਨੂੰ ਕੀ ਗੱਲ ਉਹਦਾ ਮਾਤਾ ਜੀ ਜਦੋਂ ਚਿੱਠੀ ਆ ਗਈ ਜਵਾਬ ਆ ਗਿਆ ਫਿਰ ਮੈਨੂੰ ਤੁਰ ਕੇ ਤੇਰੇ ਘਰ ਆਉਣਾ ਪੈਣਾ ਫਿਰ ਮੈਂ ਲਿਖਣਾ ਔਕਾ ਮੇਰੇ ਕੋ ਤੁਰਨਾ ਔਕਾ ਇਸ ਕਰਕੇ ਮੈਂ ਲਿਖਣਾ ਤੋਂ ਮੇਰੀ ਲੱਤ ਦੁਖਦੀ ਹੈ ਜਦੋਂ ਲੱਤ ਠੀਕ ਹੋ ਜਾਊ ਮੈਂ ਆਪੇ ਆ ਜਾਊਗਾ ਚਲੋ ਹੁਣ ਆਪਾਂ ਅੱਗੇ ਚਲੀਏ ਜੀ ਗਵਰਨਰ ਪੰਜਾਬ ਜੀ ਤੇ ਮੁੱਖ ਮੰਤਰੀ ਪੰਜਾਬ ਹਮ ਇਹਨਾਂ ਦਾ ਆਪਸ ਦਾ ਟਕਰਾਓ ਹਮ ਇਹ ਵਿਰੋਧੀ ਤਰ੍ਹਾਂ ਕਹਿੰਦੀਆਂ ਨੇ ਕਿ ਪੰਜਾਬ ਦੀ ਖੁਸ਼ਹਾਲੀ ਵਾਸਤੇ ਇੱਕ ਵਿਗਨ ਹੈ ਔਰ ਇਹ ਸੱਚੀ ਗੱਲ ਵੀ ਹੈ ਤੇ ਦੂਜਾ ਜਿਹੜਾ ਇਹ ਦੋ ਰੋਜ਼ਾ ਵਿਸ਼ੇਸ਼ ਸਮਾਗਮ ਸਮਾਗਮ ਬੁਲਾਉਣਾ ਚਾਹੁੰਦੀ ਪੰਜਾਬ ਗਵਰਨਮੈਂਟ ਯੈਸ ਹਾਂ ਵਿਧਾਨ ਸਭਾ ਦਾ ਉਹਦੇ ਵਿੱਚ ਗਵਰਨਰ ਪੰਜਾਬ ਕਹਿੰਦੇ ਨੇ ਇਹ ਗੈਰ ਕਾਨੂੰਨੀ ਹੈ ਉਹ ਟਕਰਾਅ ਵਾਲੀ ਸਥਿਤੀ ਉੱਥੇ ਆ ਗਈ ਇਹ ਦੋਵੇਂ ਮੁੱਦੇ ਆਪਾਂ ਸਮਲਟੇਨियसਲੀ ਡਿਸਕਸ ਕਰਦੇ ਹਾਂ ਸਮਾਗਮ ਦੀ ਜਿਹੜੀ ਤਰੀਕ ਨਿਸ਼ਚਿਤ ਕੀਤੀ ਉਹਨਾਂ ਨੇ 21 22 ਉਹ ਤੋਂ ਪਹਿਲਾਂ ਹੀ ਗਵਰਨਰ ਸਾਹਿਬ ਨੇ ਕਹਿਤਾ ਕਿ ਇਹ ਇਲਿਗਲ ਹੈਗਾ ਇਹ ਗੈਰਕਾਨੂੰਨੀ ਹੈਗਾ ਇਹਦੇ ਵਿੱਚ ਕਾਨੂੰਨ ਵਾਲੀ ਵਿਵਸਥਾ ਨਹੀਂ ਹੈਗੀ ਇਸ ਕਰਕੇ ਮੈਂ ਇਹਨੂੰ ਹੁਣ ਤੋਂ ਰੋਕਾਂਗਾ ਪਰ ਉਹਦੇ ਚ ਵਿਧਾਨ ਸਭਾ ਦੇ ਨਾਲ ਜਿਹੜੇ ਚੀਵਾ ਸਾਹਿਬ ਨੇ ਵਿੱਤ ਮੰਤਰੀ ਉਹਨਾਂ ਕਹਿੰਦਾ ਕਿ ਅਸੀਂ ਪਹਿਲਾਂ ਕਿਤੇ ਜੂਨ ਚ ਉਹਦੋਂ ਕੈਨਸਲ ਕੀਤਾ ਨਹੀਂ ਕਰ ਸਕਦੇ ਮਾਰਚ ਸੀਗਾ ਔਰ ਸਪੀਕਰ ਕੋਲ ਅਧਿਕਾਰ ਹੈਗੇ ਵਿਧਾਨ ਸਭਾ ਦਾ ਸਪੀਕਰ ਜਦੋਂ ਮਰਜੀ ਆਪਣਾ ਸੈਸ਼ਨ ਬੁਲਾ ਸਕਦਾ ਉਹਨਾਂ ਨੇ ਕਿਹਾ ਕਿ ਅਕੋਰਡਿੰਗ ਕਨਸਟੀਟਿਊਸ਼ਨ ਔਰ ਉਹਨਾਂ ਨੇ ਇੱਕ ਗੱਲ ਕਹਿਤੀ ਗੁਰਨ ਸਿੰਘ ਸਾਹਿਬ ਨੂੰ ਕਿ ਤੁਸੀਂ ਆਪਣੇ ਜਿਹੜੇ ਲੀਗਲ ਐਡਵਾਈਜ਼ਰ ਨੇ ਜਿਹੜੇ ਤੁਹਾਡੇ ਸਲਾਹਕਾਰ ਨੇ ਜਿਹੜੇ ਜਿਹਦੇ ਵਿੱਚ ਤੁਸੀਂ ਸਲਾਹ ਲੈਂਦੇ ਜੀ ਸਰਦਾਨ ਦੀ ਔਰ ਜਿਹਦੇ ਵਿੱਚ ਕਾਨੂੰਨੀ ਸਲਾਹ ਲੈਂਦੇ ਜੀ ਉਹਨਾਂ ਮਾਰਾ ਨੂੰ ਬਦਲ ਦਿਓ ਸ਼ਾਇਦ ਉਹਨਾਂ ਨੂੰ ਪਤਾ ਨਹੀਂਗਾ ਤਾਂ ਸਾਡਾ ਐਡਵੋਕੇਟ ਜਨਰਲ ਕਹਿੰਦੇ ਇਹ ਕਹਿ ਰਹੇ ਆ ਉਹਨਾਂ ਦਾ ਐਡਵੋਕੇਟ ਜਨਰਲ ਨਵੇਂ ਨੇ ਆਏ ਉਹਨਾਂ ਕਹਿੰਦਾ ਕੋਈ ਰੋਕ ਨਹੀਂ ਪਾ ਸਕਦਾ ਸੈਸ਼ਨ ਐਮਰਜੈਂਸੀ 'ਚ ਬੁਲਾਇਆ ਜਾ ਸਕਦਾ ਇਹਨਾਂ ਨੇ ਕਿਹਾ ਕਿ ਐਸਵਾਈਐਲ ਦਾ ਮੁੱਦਾ ਉਹ ਪਹਿਲਾਂ ਡਿਸਕਸ ਹੋਣਾ ਉਹਦੇ ਵਿੱਚ ਸਪੀਕਰ ਸਾਹਿਬ ਹੀ ਹੋਣਗੇ ਵਿਧ ਮੰਤਰੀ ਵੀ ਹੋਣਗੇ ਔਰ ਸਾਰੇ ਵਿਧਾਇਕ ਸਾਰੇ ਕੈਬਨਟ ਮਿੰਿਸਟਰ ਹੋਣਗੇ ਇਸ ਕਰਕੇ ਇਹਨਾਂ ਨੇ ਉਹਨਾਂ ਨੂੰ ਕਿਹਾ ਕਿ ਇਲੀਗਲ ਕੋਈ ਨਹੀਂ ਹੈਗਾ ਇਹ ਲੀਗਲੀ ਹੈਗਾ ਔਰ ਇਹ ਤੁਹਾਡਾ ਟਕਰਾਲੀ ਗੱਲ ਤੇ ਆ ਜੀਏ ਤੇ ਇਹ ਦੋਹਾਂ ਦੀ ਕੁਰਸੀ ਕਿਸੇ ਦਾ ਪਛਮ ਵੱਲ ਮੂੰਹ ਤੇ ਦਖਣ ਵੱਲ ਨੂੰ ਆ ਦੂਜੀ ਗੱਲ ਇਹ ਹੈ ਕਿ ਦੋਵੇਂ ਮੁੱਖ ਮੰਤਰੀ ਵੀ ਦਾ ਵੀ ਹੱਥ ਦਿੱਲੀ ਵਾਲਾ ਹੈਗਾ ਔਰ ਗਵਰਨਰ ਸਾਹਿਬ ਦਾ ਵੀ ਉਹ ਜੋ ਹਦਾਇਤਾਂ ਆਦੀਆਂ ਉੱਥੋਂ ਦਿੱਲੀ ਤੋਂ ਉਹੀ ਇੱਥੇ ਉਹਦਾ ਇੰਕਸ਼ਾਪ ਕਰ ਦਿੰਦਾ ਉਹੀ ਇਹਨਾਂ ਤੇ ਲਾਗੂ ਕਰਦਾ ਔਰ ਜੋ ਭਗਵੰਤ ਮਾਨ ਨੂੰ ਉਧਰੋਂ ਆਉਂਦੇ ਦਿੱਲੀ ਤੋਂ ਕੇਜਰੀਵਾਲ ਕੇਜਰੀਵਾਲ ਸਾਹਿਬ ਦੀ ਜੋ ਆਉਂਦੀ ਹੈ ਕਿਉਂਕਿ ਉਹਨਾਂ ਦੇ ਕੋਆਰਡੀਨੇਟਰ ਨੇ ਉਹਨਾਂ ਦੇ ਹੈੱਡ ਨੇ ਇਹਨਾਂ ਦੇ ਪਾਰਟੀ ਦੇ ਉਧਹੀਂ ਹਾਂ ਕੇਜਰੀਵਾਲ ਸਾਹਿਬ ਉਹ ਉਹ ਇਸੇ ਤਰ੍ਹਾਂ ਦਾ ਉਹ ਅਪਲਾਈ ਉਹ ਕਰ ਦਿਆ ਗਿਆ ਜਦੋਂ ਤੱਕ ਇਹ ਜੇ ਆਪਾਂ ਦਿੱਲੀ ਦੀ ਗੱਲ ਕਰੀਏ ਮੁਗਲਾਂ ਤੋਂ ਲੈ ਕੇ ਮੁਗਲ ਜਦੋਂ ਤੱਕ ਅੱਤੇ ਬੈਠੇ ਸੀ ਉਦੋਂ ਵੀ ਦਿੱਲੀ ਤੇ ਰਾਜ ਹੁੰਦਾ ਸੀਗਾ ਪਠਾਨ ਆ ਗਏ ਉਦੋਂ ਵੀ ਰਾਜ ਸੀ ਅੰਗਰੇਜ਼ ਆ ਕੇ ਦਿੱਲੀ ਤੋਂ ਹੁੰਦਾ ਸੀਗਾ ਹੁਣ ਵੀ ਉਹੀ ਫਿਰਤ ਪਈ ਅਜੇ ਤੱਕ ਕਾਂਗਰਸ ਸੋਨੀਆ ਗਾਂਧੀ ਔਰ ਹਰਲ ਗਾਂਧੀ ਕੋ ਪੁਸ਼ਕੇ ਰਾਜ ਕਰਦੇ ਰਹੀਏ ਚਾਹੇ ਇਥੇ ਕੈਪਟਨ ਸਾਹਿਬ ਸੀਗੇ ਦਰਬਾਰਾ ਸਿੰਘ ਸੀਗੇ ਜਿੰਨੇ ਵੀ ਇਥੇ ਬਾਕੀ ਜਿਹੜੇ ਬੈਠੇ ਸੀਗੇ ਸਾਰੇ ਦਿੱਲੀ ਵਾਲ ਸੀਗੇ ਔਰ ਉਹਨਾਂ ਬਾਅਦ ਜੇ ਬਾਦਲ ਸਾਹਿਬ ਦੀ ਆਈ ਸਰਕਾਰ ਤੋਂ ਉਹਨਾਂ ਵੀ ਦਿੱਲੀ ਨਾਲ ਹੀ ਗੱਡ ਚੋੜ ਸੀ ਕਿਉਂਕਿ ਭਾਜਪਾ ਉੱਥੇ ਸੀਗੇ ਭਾਜਪਾ ਨਾਲ ਗੱਲ ਹੁੰਦੀ ਸੀ ਪਲੱਸ ਰਹਿ ਗਈ ਜਿਹੜੀ ਆਪ ਆ ਆਪ ਵਿਆਹ ਵੇਲੇ ਉੱਥੇ ਉਹਨਾਂ ਦਾ ਹੈਗਾ ਸਾਰਾ ਗੱਲਬਾਤ ਨਵਜੋਤ ਸਿੱਧੂ ਸਾਹਿਬ ਨੇ ਜਦੋਂ ਪ੍ਰਧਾਨਗੀ ਲਈ ਸੀ ਕਾਂਗਰਸ ਦੀ ਸੂਬੇ ਦੀ ਉਦੋਂ ਸੋਨੀਆ ਗਾਂਧੀ ਔਰ ਹਰਲ ਗਾਂਧੀ ਨੇ ਆਰਡਰ ਕੀਤਾ ਸੀ ਚੰਨੀ ਸਾਹਿਬ ਨਮੀ ਉਤ ਸਾਰੇ ਆਰਡਰ ਹੁੰਦੇ ਸੀਗੇ ਕਿਹੜਾ ਬੰਦਾ ਜਿਹੜਾ ਨਹੀਂ ਪਰ ਇੱਕ ਦੂਜੇ ਤੇ ਦੁਬਾਰਾ ਜਿਹੜੇ ਆ ਨਾ ਲਾਉਣ ਵਾਲੇ ਦੋਸ਼ ਕਰਨਗੇ ਇਹ ਦਿੱਲੀ ਵਾਲ ਨੂੰ ਮੂਹ ਹੈ ਦਾ ਦਿੱਲੀ ਵਾਲ ਜਹਾਜ ਚਲਾਉਂਦੇ ਫਲਾਣਾ ఎవਰੀਬਾਡੀ ਗੋਸ ਥ्रू న్యూ ఢిల్లీ ਕਿਉਂਕਿ ਉਥੇ ਹੈੱਡ ਆਫਿਸ ਇਹਨਾਂ ਦਾ ਹੈਗਾ ਵੈਸੇ ਨਾ ਜੇ ਵੈਸੇ ਵੀ ਗੱਲ ਕਰ ਲਈ ਕਿ ਜੇ ਬੈਂਕਾਂ ਦੇ ਹੈੱਡ ਆਫਿਸ ਹੈ ਦਿੱਲੀ ਹੈ ਸੀਬੀਆਈ ਦਾ ਹੈੱਡ ਦਿੱਲੀ ਹੈ ਜਿੰਨੇ ਸਾਡਾ ਕੈਪੀਟਲ ਜਿਹੜੇ ਵੀ ਬਾਕੀ ਆਗੇ ਆ ਐਜੂਕੇਸ਼ਨ ਦਾ ਹੈੱਡ ਉਥੇ ਆ ਸੀਬੀਐਸਸੀ ਦਾ ਜਿਹੜੇ ਵੀ ਉਥੇ ਹੈਗੇ ਆ ਔਰ ਬਾਕਾਇਦਾ ਤੌਰ ਤੇ ਦਿੱਲੀ ਦਿੱਲੀ ਹੁੰਦੀ ਸਾਡੀ ਸਾਰੀ ਗੱਲ ਏ ਔਰ ਜੇ ਮੌਸਮ ਜੇ ਟਾਈਮ ਸਾਡਾ ਹੈਗਾ ਤਾਂ ਸਟੈਂਡਰਡ ਟਾਈਮ ਆ ਵੀ ਦਿੱਲੀ ਨਾਲ ਹੀ ਹੈਗਾ ਬਿਲਕੁਲ ਠੀਕ ਕਹਿ ਰਹੇ ਹੋ ਹੁਣ ਇੱਥੇ ਗਵਰਨਰ ਸਾਹਿਬ ਨੂੰ ਤੇ ਮੁੱਖ ਮੰਤਰੀ ਸਾਹਿਬ ਨੂੰ ਇਹ ਗੱਲ ਤਾਂ ਸਮਝ ਨਹੀਂ ਪਏਗੀ ਨਾ ਕਿ ਬਿਲਕੁਲ ਚਲੋ ਚਲੋ ਦਿੱਲੀ ਹੈ ਸਿਆਸਤ ਆਪਣੀ ਥਾਂ ਦੇ ਉੱਤੇ ਲੋਕ ਭਲਾਈ ਆਪਣੀ ਥਾਂ ਦੇ ਉੱਤੇ ਉਹਨੇ ਰੇਡ ਕੱਪ ਆ ਕੇ ਰੱਖਣਾ ਹਰ ਕੰਮ ਦੇ ਵਿੱਚ ਰੇਡ ਕਾ ਹਰ ਕੰਮ ਦੇ ਵਿੱਚ ਰੇਡ ਕਾ ਕਈ ਜਿਹੜੇ ਫੈਸਲੇ ਲਿੱਤੇ ਗਏ ਉਹਨਾਂ ਦੇ ਉੱਤੇ ਸਿਗਨੇਚਰ ਨਹੀਂ ਹੋ ਰਹੇ ਮਤਲਬ ਠੀਕ ਹੈ ਰਾਜਨੀਤੀ ਆਪਣੀ ਥਾਂ ਦੇ ਉੱਤੇ ਹੈ ਔਰ ਕੀ ਆ ਜਾਏਗਾ ਕਿ ਸਾਰੇ ਸਮਝਬੂਝ ਨਾਲ ਕੰਮ ਕਰ ਰਹੇ ਨੇ ਬਿਲਕੁਲ ਤੁਹਾਨੂੰ ਬਿਲਕੁਲ ਵਿਦ ਡਿਊ ਰਿਸਪੈਕਟ ਇਹ ਕਿਹਾ ਜਾ ਰਿਹਾ ਕਿ ਸਾਰੇ ਕਹਿ ਰਹੇ ਨੇ ਪੰਜਾਬ ਵਾਸੀ ਕਿ ਪੰਜਾਬ ਦੀ ਬਿਹਤਰੀ ਕਾਦੇ ਵਿੱਚ ਹੈ ਪੰਜਾਬ ਦੇ ਲੋਕਾਂ ਦੀ ਬਿਹਤਰੀ ਕਾਦੇ ਵਿੱਚ ਹੈ ਅੱਗੇ ਬਹੁਤ ਜ਼ਿਆਦਾ ਸੰਤਾਪ ਪਹੁੰਚ ਚੁੱਕਾ ਹੈ ਪੰਜਾਬ ਔਰ ਇਸ ਵਕਤ ਹਾਲਾਤ ਬੜੇ ਨਾਜ਼ੁਕ ਪਨੇ ਹੋਏ ਨੇ ਔਰ ਇਹ ਆਪਸੀ ਟਕਰਾਵ ਨਾ ਪੰਜਾਬ ਦੇ ਹਿੱਤੇ ਚ ਹੈ ਨਾ ਪੰਜਾਬ ਦੇ ਲੋਕਾਂ ਦੇ ਹਿੱਤੇ ਚ ਆ ਮੀਡੀਆ ਵਾਸਤੇ ਜ਼ਰੂਰ ਖਬਰਾਂ ਬਣ ਜਾਂਦੀਆਂ ਨੇ ਇੱਦਾਂ ਉੱਤੇ ਚਰਚਾ ਜ਼ਰੂਰ ਹੁੰਦੀ ਹੈ ਬਟ ਇਹਦੇ ਚ ਨਿਕਲਣਾ ਕੁਝ ਨਹੀਂ ਟਕਰਾਅ ਚੋਂ ਨਿਕਲਣਾ ਕੁਝ ਨਹੀਂ ਇਸ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਔਰ ਗਵਰਨਰ ਸਾਹਿਬ ਨੂੰ ਇੱਕ ਦੋਸਤੀ ਕਰਕੇ ਇੱਕ ਦੋਸਤੀ ਦੇ ਨਾਲ ਇਹ ਚਲਾਉਣਾ ਚਾਹੀਦਾ ਪੰਜਾਬ ਦਾ ਸੂਬੇ ਨੂੰ ਇਹ ਬਹੁਤ ਜ਼ਿਆਦਾ ਇਸੋ ਕੇ ਨਾਜ਼ੁਕ ਸਥਿਤੀ ਬਣੀ ਹੋਈ ਆ ਕਿਸਾਨਾਂ ਦੀ ਸਥਿਤੀ ਕੀ ਹੋਈ ਹੋਈ ਹੈ ਪੰਜਾਬ ਵਿੱਚ ਕੋਈ ਇਨਵੈਸਟਮੈਂਟ ਨਹੀਂ ਹੋ ਰਹੀ ਪੰਜਾਬ ਦੇ ਖਜ਼ਾਨੇ ਦੀ ਹਾਲਾਤ ਸਾਡੇ ਸਾਹਮਣੇ ਨੇ ਕਰਜ਼ਾ ਚੜਿਆ ਹੋਇਆ ਹੈ ਸੇ ਸਾਰੇ ਨਾਜ਼ੁਕ ਸਥਿਤੀਆਂ ਦੇ ਵਿੱਚ ਇਹ ਟਕਰਾਵ ਸ਼ੋਭਾ ਨਹੀਂ ਦਿੰਦਾ ਵੈਸੇ ਗੱਲ ਹੈਗੀ ਆ گورنر ਹਮੇਸ਼ਾ ਗਵਰਨਰ ਦਾ ਚਾਕਾਰ ਜਿਹੜਾ ਹੁੰਦਾ ਉਹ ਆਪਣੇ ਉਹ ਪਾਰਟੀ ਵੱਲ ਹੁੰਦਾ ਕਿਉਂਕਿ ਪਾਰਟੀ ਨੇ ਉਹਨੂੰ ਨਾਮਿਨੇਟ ਕੀਤਾ ਹੁੰਦਾ ਉਹਦੀ ਨਿਯੁਕਤੀ ਕਰਨ ਵਾਲੀ ਪਾਰਟੀ ਹੁੰਦੀ ਹੈ ਜੇ ਇੱਥੇ ਬੀਜੇਪੀ ਦੀ ਗਵਰਨਮੈਂਟ ਹੁੰਦੀ ਨਾ ਕਿਸੇ ਦੀ ਕੋਈ ਵਾਵਾ ਨਾ ਵੇਦਾ ਕੋਈ ਰੌਲਾ ਨਹੀਂ ਸੀ ਪੈਣਾ ਕੋਈ ਟਕਰਾ ਨਹੀਂ ਸੀ ਹੋਣਾ ਹਰਿਆਣਾ 'ਚ ਹੈਗਾ ਕੋਈ ਟਕਰਾ ਨੈਵਰ ਐਟ 올 ਬਾਕੀ ਜਿੱਥੇ ਜਿੱਥੇ ਬੀਜੇਪੀ ਦੀ ਉੱਥੇ ਸਰਕਾਰ ਹੈਗੀ ਆ ਉੱਥੇ ਰੌਲਾ ਕੋਈ ਨਹੀਂ ਜਿੱਥੇ ਨਹੀਂ ਸਰਕਾਰ ਹੈਗੀ ਉੱਥੇ ਗਵਰਨਰ ਦਾ ਤੇ ਮੁੱਖ ਮੰਤਰੀ ਦਾ ਆਪਸੀ ਰੌਲਾ ਹੈਗਾ ਫੰਡ ਜਿਹੜੇ ਆ ਉਹ ਕੱਟੇ ਜਾਂਦੇ ਆ ਕੋਈ ਫੰਡ ਨਹੀਂ ਆਉਣਾ ਜਿਹਦੇ ਚ ਜਨਨੇ ਵੀ ਰੌਲਾ ਪੈਂਦਾ ਵਾ ਉਹ ਫੰਡਾਂ ਦੇ ਬਾਰੇ ਹੁੰਦਾ ਪੰਜਾਬ ਗਵਰਨਮੈਂਟ ਆਪਣੇ ਫੰਡ ਲੈਣ ਲਈ ਸੁਪਰੀਮ ਕੋਰਟ ਤੱਕ ਚਲੀ ਗਈ ਉਹਦੇ ਬਾਅਦ ਉਹ ਕੋ ਡਿਸੀਜਨ ਹੋਇਆ ਜੁਡੀਸ਼ਰੀ ਵੀ ਕਈ ਵਾਰੀ ਬੜਾ ਬਾਇਸ ਤਰੀਕੇ ਨਾਲ ਕੰਮ ਦਾ ਜੁਡੀਸ਼ਰੀ ਵੀ ਸੁਣਦੇ ਸੁਣਦੇ ਲੇਟ ਹੋ ਜਾਂਦਾ ਹੁਣ ਪੰਜਾਬ ਵਿੱਚ ਜੇ ਕੋਈ ਗੱਲ ਕਰਦੇ ਕੋਈ ਵਿਪਤਾ ਆਉਂਦੀ ਆ ਜਾਂ ਕੋਈ ਤੂਫਾਨ ਆਉਂਦਾ ਜੋ ਉਹ ਪੈਸਾ ਪੰਜਾਬ ਗਵਰਨਮੈਂਟ ਦੇ ਰਹੀ ਹੈ ਸੈਂਟਰਲੋਂ ਤਾਂ ਆਇਆ ਹੀ ਨਹੀਂ ਜਦੋਂ 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 ਕਿਸਾਨ ਸੀਗੇ ਜਦੋਂ ਇਹਨਾਂ ਦੇ ਝੋਨੇ ਤਬਾਹ ਹੋ ਗਏ ਹੈ ਨਾ ਜਿਹਦੇ ਨਾਲ ਮੱਕੀ ਤਬਾਹ ਹੋ ਗਈ ਉਹਦੋਂ ਕਿੰਨਾ ਰੁਪਏ ਦਿੱਤਾ 6800 ਰੁਪਏ ਪਰ ਏਕੜ ਆ ਹੈਗਾ ਲੋਕਾਂ ਲਈ ਔਰ 6800 ਰੁਪਏ ਤੇ ਲੈ ਜਾਂਦੇ ਝੋਨਾ ਲਾਉਣ ਵਾਲੇ ਤੇ ਉਹਨਾਂ ਜਦੋਂ ਲਾਉਂਦੀ ਹੈ ਲੇਬਰ ਲਾਉਂਦੀ ਹੈ ਪਨੀਰੀ ਬੀਜੀ ਜਾਂਦੀ ਆ ਉਹਨੂੰ ਟ੍ਰਾਂਸਪਲੈਂਟ ਕਰਕੇ ਉਹਦੇ ਚ ਲਿਆਂਦਾ ਕਦੂ ਕੀਤਾ ਜਾਂਦਾ ਬੇਸਿਕ ਗੱਲ ਉੱਥੇ ਆ ਜਾਂਦੀ ਆ ਖਾਣ ਪੀਣ ਉਹਨਾਂ ਨੂੰ ਚਾਹ ਪਾ 30 ਰੁਪਏ ਕੀ ਹੁੰਦਾ ਬਿਲਕੁਲ ਤੁਸੀਂ ਮਤਲਬ ਇਹ ਤੁਹਾਡੀ ਗੱਲ ਤੋਂ ਇਹ ਸਾਬਤ ਹੋ ਰਿਹਾ ਹੈ ਕਿ ਇਨਡਾਇਰੈਕਟਲੀ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਸੂਬਿਆਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨਹੀਂ ਹੈਗੀ ਉੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਲੈ ਕੇ ਆਓ ਤਾਂ ਤਾਂ ਸਭ ਕੁਝ ਸਹੀ ਰਹੇਗਾ ਨਹੀਂ ਤਾਂ ਇਦਾਂ ਹੀ ਚੱਲਣਾ ਨਹੀਂ ਤੇ ਸੈਂਟਰ ਨਹੀਂ ਬਾਹਰ ਫੜੂਗਾ ਕੋਈ ਸਹਿਯੋਗ ਨਹੀਂ ਦੇਊਗਾ ਕੋਈ ਕੋਆਰਡੀਨੇਟ ਨਹੀਂ ਕਰੂਗਾ ਇਹ ਹੁਣ ਲੋਕਤੰਤਰਤਾ ਨਾ ਨਾ ਹੋਇਆ ਨਹੀਂ ਇਹ ਤੇ ਇੰਡਾਇਰੈਕਟਲੀ ਪ੍ਰੈਸ਼ਰਾਈਜ਼ ਕਰਨ ਵਾਲੀ ਗੱਲ ਬਈ ਬਿਲਕੁਲ ਸਹੀ ਗੱਲ ਕੇਂਦਰ ਦੇ ਵਿੱਚ ਭਾਰਤਿਆ ਜਨਤਾ ਪਾਰਟੀ ਹੈ ਤੇ ਜਿਹੜੇ ਜਿਹੜੇ ਸੂਬਿਆਂ ਚ ਭਾਰਤਿਆ ਜਨਤਾ ਪਾਰਟੀ ਨਹੀਂ ਹੈਗੀ ਉੱਥੇ ਭਾਰਤਿਆ ਜਨਤਾ ਪਾਰਟੀ ਦੀ ਸਰਕਾਰ ਬਣਾਓ ਤਾਂ ਸਭ ਕੁਝ ਮਿੜੂਗਾ ਜੇ ਨਹੀਂ ਬਣਾਓਗੇ ਤਾਂ ਇਦਾਂ ਹੀ ਚੱਲੂਗਾ ਮੈਂ ਅਸਲ ਚ ਪੂਰੀ ਆਪਾਂ ਬੀếngੇ ਪੰਜਾਬੀ ਇਹ ਨਹੀਂ ਮੈਂ ਗੱਲ ਕਹੀ ਕਿ ਆਪਾਂ ਪੰਜਾਬ ਜਾਂ ਸਾਨੂੰ ਸਿਰਫ ਪੰਜਾਬ ਦਾ ਪਤਾ ਕਿਸੇ ਵੀ ਸੂਬੇ ਚ ਤੁਸੀਂ ਗੱਲ ਕਰੋ ਨੈਸ਼ਨਲਾਈਜ਼ ਕਾਮਿਨ ਜਿਹੜੀ ਸੋਚ ਹੈ ਕਾਮਿਨਿਟੀ ਜਿਹੜੀ ਹੈਗੀ ਉਹ ਬਿਲਕੁਲ ਇਸੇ ਚੁਕਾਵਰ ਲੱਗੀ ਜਿੱਥੇ ਵੀ ਕਿਸੇ ਤੁਸੀਂ ਮਦਰਾਸ ਕਰਨਾਟਕ ਬੰਗਾਲ ਪੱਛਮ ਬੰਗਾਲ ਚਲ ਜਓ ਉਥੇ ਮ ਮੋਟਾ ਬੈਨਰ ਜੀ ਵਿਚਾਰੀ ਐ ਇਸੇ ਕਰਕੇ ਇਹ ਗੱਲ ਨੂੰ ਕਹਿੰਦੀ ਵੀ ਸਾਨੂੰ ਸਹੂਲਤਾਂ ਨਹੀਂ ਮਿਲ ਰਹੀਆਂ ਇਹ ਡਬਲ ਇੰਜਨ ਵਾਲੀ ਗੱਲ ਜਿਹੜੀ ਆਪਾਂ ਕਰਦੇ ਨੇ ਡਬਲ ਇੰਜਨ ਉਹੀ ਗੱਲ ਹੈ ਕਿ ਉਥੇ ਆ ਕੇ ਟਿਕ ਜਾਂਦੀ ਆ ਬਕਾਇਦਾਤ ਵਾਕਈ ਇਹ ਜਿਹੜੇ ਮਾਹਿਰ ਆਪਸ ਚ ਗੱਲਾਂ ਕਰਦੇ ਨੇ ਉਹਨਾਂ ਦੀਆਂ ਗੱਲਾਂ ਚ ਉਹੀ ਨਿਚੋੜ ਨਿਕਲਦਾ ਜੋ ਅਸੀਂ ਲੈ ਕੇ ਆਉਣੇ ਆਪਣੇ ਦਰਸ਼ਕਾਂ ਲਈ ਉਹ ਜਿਹੜਾ ਇੱਕ ਉਦਾਹਰਣ ਵੀ ਹੈਗੀ ਆ ਮਹਾਵਰੇ ਆ ਨਾ ਕਿ ਇਹਨਾਂ ਵੰਡੇ ਰੇੜੜੀਆਂ ਤੇ ਮੋੜਕੜ ਆਪਣਿਆਂ ਨੂੰ ਹੀ ਦੇ ਉਹੀ ਗੱਲ ਹੋ ਜਾਂਦੀ ਆ ਜਾਹੇ ਸਜਾਖਾ ਚਾਹੇ ਨਾ ਜਦੋਂ ਉਹਦਾ ਹੱਥ ਉਧਰੇ ਜਾਣਾ ਜਿੱਧਰ ਉਹਦੇ ਆਪਣੇ ਬੈਠੇ ਆ ਜੇ ਤੁਸੀਂ ਕਿਸੇ ਵਿਆਹ 'ਚ ਬੈਠੇ ਜੇ ਨਾ ਤੇ ਵਿਆਹ 'ਚ ਪੰਗਤ ਲੱਗੀ ਆ ਤੁਹਾਨੂੰ ਉਹਦੇ 'ਚ ਚਰਦਾ ਵਰਤਾ ਰਹੇ ਆ ਦਹੀਂ ਵਰਤਾ ਰਹੇ ਆ ਮੀਠ ਵਰਤਾ ਰਹੇ ਆ ਉਹਦੇ 'ਚ ਜਲੇਬੀਆਂ ਦੇ ਰਹੇ ਆ ਉਹਦੇ ਚ ਤੁਸੀਂ ਜਲੀਬੀ ਵੇ ਸੁਣ ਕੇ ਖੁਸ਼ ਹੋਗੇ ਪਰ ਉਹਦੇ ਵਿੱਚ ਉਹ ਵਾਰ-ਵਾਰ ਉੱਥੇ ਉਹ ਵਰਤੌਣ ਵਾਲਾ ਬੰਦਾ ਵਾਰ-ਵਾਰ ਉੱਥੇ ਹੋਗਾ ਜਿੱਥੇ ਉਹਦੇ ਆਪਣੇ ਬੱਚੇ ਬੈਠੇ ਜਿੱਦੇ ਉਹਦੇ ਚਾਚੇ ਭਤੀਜੇ ਬੈਠੇ ਆ ਜਿੱਥੇ ਉਹਦਾ ਪਰਿਵਾਰ ਬੈਠਾ ਵਾਰ-ਵਾਰ ਆਤਾ ਹੋਗਾ ਅਚਨ ਚੇਤਾਤ ਹੋਗਾ ਪਰ ਅੱਖਾਂ ਬੰਦ ਕਰਕੇ ਬਾਕੀ ਵਿਚਾਰੇ ਥਾੜੀਆਂ ਖੜਕਾਉਣਗੇ ਉਹ ਗਲਾਸ ਖੜਕਾਉਣਗੇ ਵੀ ਇੱਧਰ ਪਾ ਯਾਰ ਉਧਰ ਨਹੀਂ ਆਊਗਾ ਉੱਥੇ ਆਊਗਾ ਇਹ ਚੀਜ਼ ਹਿਊਮਨ ਸਾਈਕੀ ਜੋ ਵੇ ਸੇਵਾ ਕਰ ਚੁੱਕੀ ਹੈ ਪਰ ਡੈਮੋਕ੍ਰੇਸੀ ਨੂੰ ਸੂਟ ਨਹੀਂ ਨਾ ਗੱਲ ਨਹੀਂ ਸੂਟ ਕਰ ਸਾਡੇ ਮਾਹਿਰ ਵਿਚਾਰੇ ਜਿਹਨੂੰ ਕਹਿੰਦੇ ਨੇ ਨਾ ਦਿਮਾਗ ਦਾ ਦਹੀਂ ਹੋ ਗਿਆ ਉਹਨਾਂ ਦਾ ਕਹਿੰਦੇ ਭਈ ਐਦਾਂ ਨਾ ਕਰੋ ਐਦਾਂ ਨਾ ਕਰੋ। ਹੋ ਗਿਆ। ਉਹ ਦਸੀਂ ਵੀ ਲੈ ਕੇ ਆ ਜਦੋਂ ਦਰਸ਼ਕਾਂ ਦੇ ਸਾਹਮਣੇ ਉਹਨਾਂ ਦੀਆਂ ਗੱਲਾਂ ਆਉਂਦੇ ਆ ਦਰਸ਼ਕ ਵੀ ਹੈਰਾਨ ਹੁੰਦੇ ਨੇ ਕਿ ਦੱਸੋ ਇਹ ਐਦਾਂ ਥੋੜਾ ਲੋਕਤੰਤਰ ਚੱਲੇਗਾ ਇਹ ਡੈਮੋਕ੍ਰੇਸੀ ਦਾ ਤੇ ਵਤੀਰਾ ਹੀ ਨਹੀਂ ਹੈਗਾ। ਲੋਕਤੰਤਰ ਦੀ ਪ੍ਰਭਾਸ਼ਾ ਨਹੀਂ ਪੜਦੇ। ਲੋਕਤੰਤਰ ਦਾ ਜਿਹੜਾ ਬੇਸਿਕ ਮੂਲ ਮੰਤਰੋਂ ਨਹੀਂ ਪੜਦੇ। ਵਿੱਚ ਕੀ ਹੈਗਾ? ਯੈਸ। ਹਾਂ। ਚਲੋ ਹੁਣ ਆਪਾਂ ਅੱਗੇ ਚੱਲੀਏ। ਜੀ ਜੀ। ਅਗਲੀ ਗੱਲ ਇਹ ਹੈ ਜੀ ਕਿ ਇਹ ਤਾਂ ਆਪਾਂ ਹੁਣ ਰੋਜ਼ ਹੀ ਗੱਲ ਕਰਦੇ ਆ ਕਿ ਪੰਜਾਬ ਦੇ ਵਿੱਚ ਨਸ਼ਾ ਬਹੁਤ ਹੋ ਗਿਆ ਨਸ਼ੇ ਦੇ ਵਿੱਚ ਡੁੱਬ ਰਿਹਾ ਤੇ ਆਪਾਂ ਬਹੁਤ ਮੁੱਦਾ ਡਿਸਕਸ ਕੀਤਾ ਔਰ ਸਾਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਸਰਕਾਰਾਂ ਦੀ ਵੀ ਜ਼ਿੰਮੇਵਾਰੀ ਹੈ ਪ੍ਰਸ਼ਾਸਨ ਦੀ ਵੀ ਜ਼ਿੰਮੇਵਾਰੀ ਹੈ ਔਰ ਨਾਲ ਪਿੰਡਾਂ ਦੀ ਵੀ ਜ਼ਿੰਮੇਵਾਰੀ ਔਰ ਸਾਰਿਆਂ ਨੇ ਕੰਬਰ ਕੱਸੀ ਹੋਈ ਹੈ ਕਿ ਅਸੀਂ ਲੜਾਂਗੇ ਔਰ ਕਿਸਾਨ ਵੀ ਅੱਗੇ ਆਏ ਨੇ ਕਿ ਅਸੀਂ ਵੀ ਲੜਾਂਗੇ ਇਹਦੇ ਲਈ ਔਰ ਇੱਕ ਚੀਜ਼ ਜਿਹੜੀਆਂ ਕਾਲੀਆਂ ਭੇਡਾਂ ਵਿੱਚ ਬੈਠੀਆਂ ਨੇ ਪ੍ਰਸ਼ਾਸਨ ਦੇ ਕਈ ਲੋਕ ਇਹੋ ਜਿਹੇ ਬੈਠੇ ਨੇ Ministries ਦੇ ਵਿੱਚ ਕਈ ਲੋਕ ਇਹੋ ਜਿਹੇ ਬੈਠੇ ਨੇ ਜੋ ਇਹਨਾਂ ਸਮਗਲਰਸ ਦੇ ਨਾਲ ਮਿਲੇ ਹੋਏ ਨੇ ਔਰ ਹਿੱਸਾ ਲੈਂਦੇ ਨੇ ਵਿੱਚੋਂ ਉਹਨਾਂ ਨੂੰ ਪੰਜਾਬ ਦੀ ਨੌਜਵਾਨੀ ਤਬਾਹ ਹੋ ਰਹੀ ਹੈ ਕੋਈ ਮਤਲਬ ਨਹੀਂ ਉਹਨਾਂ ਦੀ ਆਪਣੀ ਜੇਬ ਗਰਮ ਹੋ ਰਹੀ ਹੈ ਭਾਵੇਂ ਇਹ ਮਤਲਬ ਇੱਕ ਗਲਤੰਦੇ ਦਾ ਪੈਸਾ ਹੈ ਭਾਵੇਂ ਨਸ਼ੇ ਆ ਵੇਚ-ਵੇਚ ਕੇ ਪੈਸਾ ਕਮਾਇਆ ਗਿਆ ਪਰ ਉਹਨਾਂ ਨੂੰ ਹਿੱਸਾ ਚਾਹੀਦਾ ਹੈ ਉਹਦੇ ਵਿੱਚ ਇਹ ਗੱਲਾਂ ਸਾਹਮਣੇ ਆਈਆਂ ਨੇ ਪ੍ਰਸ਼ਾਸਨ ਦੇ ਵਿੱਚ ਵੀ ਹਿੱਸਾ ਲੈਣ ਵਾਲੇ ਬੈਠੇ ਨੇ ਮਿਨਿਸਟਰੀਜ਼ ਦੇ ਵਿੱਚ ਵੀ ਹਿੱਸਾ ਲੈਣ ਵਾਲੇ ਬੈਠੇ ਨੇ ਗੱਲਾਂ ਸਾਹਮਣੇ ਆਉਂਦੀਆਂ ਪਈਆਂ ਨੇ ਔਰ ਇਹਦੇ ਉੱਤੇ ਤਹਿਕੀਕਾਤ ਹੁੰਦੀ ਪਈ ਹੈ ਕੇਸ ਵੀ ਦਰਜ ਹੁੰਦੇ ਪ ਇਹ ਜਿਹੜੀ ਉਲਟੀ ਗੇਮ ਚੱਲਦੀ ਪਈ ਹੈ ਨਾ ਜਿਵੇਂ ਭਾਈ ਗੁਰਦਾਸ ਜੀ ਨੇ ਕਿਹਾ ਉਲਟੀ ਬਾੜ ਖੇਤ ਨੂੰ ਖਾਏ ਉਹ ਕੰਮ ਹੋ ਰਿਹਾ ਆ ਨਸ਼ੇ ਦਾ ਦਿਨ ਦਿਨ ਜਿਹੜਾ ਰੁਝਾਨ ਵਧਣਾ ਪੰਜਾਬ 'ਚ ਬਿਲਕੁਲ ਇਸ ਵੇਲੇ ਸਿਖਰਾਂ ਤੇ ਪਹੁੰਚ ਚੁੱਕਾ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਇਹਦੇ ਵਿੱਚ ਸਿਆਸਦਾਨ ਜਾਂ ਨੇਤਾ ਵੀ ਇਨਵੋਲਵ ਨੇ ਜਿਹੜੇ ਤਸਕਰੀ ਕਰਾਉਂਦੇ ਆ ਉਹਦੀ ਵੱਡੀ ਆਧਾਰਨਤਾ ਸੁਖਪਾਲ ਖੈਰਾ ਦੇ ਨਾਲ ਹੁਣੇ ਉਹਨਾਂ ਨੂੰ ਜਦੋਂ ਲੈ ਕੇ ਗਏ ਘਰੋਂ ਪੁਲਸ ਕਈ ਹਾਲਾਂਕਿ ਉਹਨਾਂ ਦੇ ਕੇਸ ਤਾਂ ਪਹਿਲਾਂ 15 ਦਾ ਸੀ ਉਹਨਾਂ ਨੇ ਉਹਨੂੰ ਥੋੜਾ ਜਿਹਾ ਰੋਕ ਵੀ ਲਈ ਸੀ ਪਰ ਦੁਬਾਰਾ ਉਹਦਾ ਰਿਮਾਂਡ ਜੁਡੀਸ਼ੀਅਲ ਰਿਮਾਂਡ ਹੋਇਆ ਨਸ਼ਾ ਨਸ਼ਾ ਤਸਕਰੀ ਤੇ ਮਨੀ ਲੈਂਡਿੰਗ ਤੇ ਔਰ ਉਸ ਤੋਂ ਬਾਅਦ ਵਿਕਰਮਜੀਤ ਸਿੰਘ ਮਜੀਠੀਆ ਮਜੀਠੀਆ ਸਾਹਿਬ ਬੜਾ ਵੱਡਾ ਕਰਾਣਾ ਉਹਨਾਂ ਦੇ ਵੀ ਰਿਹਾ ਉਹ ਅੰਦਰ ਵੀ ਰਹਿਿਆ ਉਸ ਤੋਂ ਬਾਅਦ ਇਲੈਕਸ਼ਨ ਹੋ ਗਿਆ ਤਾਂ ਉਹਨਾਂ ਨੂੰ ਰਾਤ ਮਿਲ ਗਈ ਜਮਾਨਤ ਤੇ ਬਾਹਰ ਆ ਗਏ ਔਰ ਇਸ ਤਰ੍ਹਾਂ ਹੋਰ ਵੀ ਇਨੇ ਕਾ ਲੀਡਰ ਨੇ ਜਿਨ੍ਹਾਂ ਦੇ ਉੱਤੇ ਇਹ ਤੋਮ ਤਾਂ ਲੱਗਦੀ ਰਹੀ ਹੈ ਦੋਸ਼ ਮੜੇ ਗਏ ਔਰ ਉਹ ਕਥੋਂ ਤੱਕ ਸੱਚ ਨੇ ਇਹ ਸਿਰਫ ਸਿਰਫ ਜੁਡੀਸ਼ਰੀ ਦੱਸ ਸਕਦੀ ਹੈ ਜੱਜ ਦੱਸ ਸਕਦੇ ਹੈ ਜਿਹਨਾਂ ਕੋ ਕਾਨੂੰਨ ਦੀ ਵਿਵਸਥਾ ਹੈ ਔਰ ਲੀਡਰ ਜਦੋਂ ਅੰਦਰ ਜਾਂਦਾ ਨਾ ਉਹ ਕਹਿੰਦੇ ਮੇਰੇ ਤੇ ਬਦਲਾਖੋਰੀ ਦਾ ਇਹਨਾਂ ਨੇ ਦੋਸ਼ ਲਾਇਆ ਇਹ ਐਸ ਵਾਲੇ ਪਾਰਟੀ ਦੂਜੀ ਆ ਮੈਂ ਕਾਂਗਰਸੀਆਂ ਮੇਰੇ ਤੇ ਬਦਲਾ ਲੈ ਰਹੇ ਆ ਮੈਨੂੰ ਸਿਆਸ ਵਿੱਚ ਇਨਵੋਲ ਕਰਕੇ ਮਰਵਾ ਰਹੇ ਆ ਇਹ ਹਰ ਇੱਕ ਲੀਡਰ ਕੋਗਾ ਜਿਹੜਾ ਵੀ ਹੋਵੇ ਇਹਦੇ ਵਿੱਚ ਹੁਣ ਕਾਂਗਰਸੀ ਨੇਤਾ ਪਹੁੰਚੇ ਨੇ ਉੱਥੇ ਪ੍ਰਤਾਪ ਸਿੰਘ ਬਾਜਵਾ ਅਮਰਿੰਗ ਸਾਹਿਬ ਸਾਰੇ ਉੱਥੇ ਪਹੁੰਚੇ ਨਵਜੋਤ ਸਿੱਧੂ ਔਰ ਸਾਰੇ ਲੋਕ ਗਏ ਨੇ ਉਦਵਾ ਉਹਨਾਂ ਦੀ ਕਹਿਣੇ ਸੁਣੀ ਨੇ ਉਹਨਾਂ ਨੂੰ ਮਿਲ ਨਹੀਂ ਦਿੱਤਾ ਔਰ ਉਹ ਹੁਣ ਉਹਦੀ ਹਮਾਇਤ ਕਿਉਂ ਕਰ ਰਹੇ ਉਹਨਾਂ ਨੂੰ ਨਹੀਂ ਪਤਾ ਕਿ ਪਿੱਛੇ ਕੀ ਦੋਸ਼ ਹੈਗਾ ਕਿਉਂ ਜੁਡੀਸ਼ਰੀ ਨੇ ਬੁਲਾ ਲਿਆ ਕਿਉਂ ਪੁਲਿਸ ਨੇ ਫੜਿਆ ਕਿਉਂ ਪਰਚਾ ਦਰਜ ਹੋ ਗਿਆ ਔਰ ਮਜੀਠੀਆ ਸਾਹਿਬ ਤੇ ਇਹੀ ਰਿਹਾ ਔਰ ਉਹ ਤੋਂ ਬਾਅਦ ਜੇ ਗੱਲ ਕਹੀ ਤੇ ਮਨਪ੍ਰੀਤ ਬਾਦਲ ਨੇ ਤਾਂ ਸੱਚੀ ਦਾ ਨਹੀਂ ਕੰਮ ਪਰ ਹੈ ਤਾਂ ਉਹਨਾਂ ਤੇ ਵੀ ਦੋਸ਼ ਮੋੜਿਆਗਾ ਕਿ ਇਹਨਾਂ ਨੇ ਜਿਹੜਾ ਮੰਨੀ ਲੈਂਡਿੰਗ ਤਾਂ ਦੂਜਾ ਜਿਹੜਾ ਹੈਗਾ ਇਹਨਾਂ ਨੇ ਪਲਾਟ ਘਟਾਲਾ ਉਹ ਕੀਤਾ ਉਹ ਵੀ ਅਜੇ ਤੱਕ ਰੂਪ ਪੁੱਛਣਾ ਵੀ ਨਹੀਂ ਮਿਲੇ ਜਿਹੜਾ ਵੀ ਹੈ ਉਹ ਵੀ ਸੋਨੀ ਦੇ ਵਿਰਿਸ਼ਵ ਦੇ ਕੇ ਸੀ ਇਸਤਰਾ ਮੰਤਰੀ ਕਿੰਨੇ ਗਣ ਲੋਂ ਗਣਾਂ ਤੇ ਨਹੀਂ ਤੁਸੀਂ ਗਿਣ ਸਕਦੇ ਇੰਨਾ ਜ਼ਿਆਦਾ ਮੰਤਰੀਆਂ ਤੇ ਹੈਗਾ ਪਰ ਨਸ਼ੇ ਦਾ ਜਿਹੜਾ ਬਹਾਵ ਹੈ ਪੰਜਾਬ ਵਿੱਚ ਨਸ਼ੇ ਦੀ ਦਲਦਲ ਹੈ ਜਿਹਦੇ ਵਿੱਚ ਸਾਡਾ ਨੌਜਵਾਨੀ ਗਰਕ ਹੋ ਗਈ ਹੈ ਔਰ ਉਹ ਬਹੁਤ ਜ਼ਿਆਦਾ ਐਸ ਵੇਲੇ ਸਿਖਰਾਂ ਤੇ ਪਹੁੰਚ ਚੁੱਕਾ ਕਿਉਂਕਿ ਨੌਜਵਾਨ ਜਿਹੜੇ ਇਸੇ ਕਰਕੇ ਬਾਹਰ ਭੇਜਦੇ ਮਾਂ ਪਿਓ ਨੇ ਪੀਪ ਘਟੋ ਘਟਾ ਇਸ ਚੀਜ਼ਾਂ ਤੋਂ ਬਚਣਗੇ ਸਾਡੇ ਜ਼ਮੀਨ ਵਿਗਦੇ ਪਲਾਟ ਵਿਗਦੇ ਸਾਡਾ ਘਰ ਵਿਗਦੇ ਪਰ ਸਾਡਾ ਬੱਚਾ ਐਨ ਆਰ ਆਈ ਬਣੂਗਾ ਉੱਥੇ ਜਾਊਗਾ ਉੱਥੇ ਕੈਨੇਡਾ ਅਮਰੀਕਾ ਵੱਲ ਜ਼ਿਆਦਾ ਧਿਆਨ ਹੈ ਉਹ ਰ ਅਸੀਂ ਪਹੁੰਚ ਰਹੇ ਮੁੰਡੇ ਇਸ ਕਰਕੇ ਕਿ ਪੰਜਾਬ ਹੁਣ ਰਹਿਣ ਦੇ ਯੋਗ ਨਹੀਂ ਰਿਹਾ ਹਾਲਾਂਕਿ ਗੁਰੂਆਂ ਪੀਰਾਂ ਦੀ ਤਰਤ ਹੈ ਕਿ ਸਾਰਾ ਕੁਝ ਹੈਗਾ ਪਰ ਇੱਕ ਵਾਰੀ ਕਈ ਤਰ੍ਹਾਂ ਦੇ ਜ਼ੁਲਮ ਕਈ ਤਰ੍ਹਾਂ ਦੀਆਂ ਮੁਸੀਬਤਾਂ ਚੱਲ ਕੇ ਫਿਰ ਇਹਦੀ ਵਾਹ ਜਿਹੜੀ ਠੰਡੀ ਆਉਂਦੀ ਆ ਫਿਰ ਆਉਂਦਾ ਹੁਣ ਇਹ ਜੇ ਤੇ ਹੀ ਹੈ ਉਹ ਕਹਿੰਦੇ ਨੇ ਕਿ ਪੰਜਾਬ ਦੇ ਜੰਮਿਆਂ ਨੂੰ ਨਿਤਮ ਹੈ ਮਾਲੀ ਗੱਲ ਹੈਗੀ ਇਹ ਵੀ ਮਹਿਮ ਜਦੋਂ ਕਿ ਇਸੇ ਵਾਈਟ ਰੈਵਿਊਸ਼ਨ ਰਹੀ ਆ ਗ੍ਰੀਨ ਰੈਵਿਊਸ਼ਨ ਰਹੀ ਆ ਬਲੂ ਰੈਵਿਊਸ਼ਨ ਰਹੀ ਆ ਹਾਂ ਕਈ ਤਰ੍ਹਾਂ ਦੀਆਂ ਰੈਵਿਊਸ਼ਨ ਆਈਆਂ ਪਰ ਉਹਦੇ ਵਿੱਚ ਜੇ ਰੈਵੋਲੂਸ਼ਨ ਆਉਂਦੀ ਆ ਉਹਦੇ ਵਿੱਚ ਬਗਾਵਤ ਵੀ ਆਉਂਦੀ ਆ ਉਹਦੇ ਵਿੱਚ ਵਿਪਤਾ ਵੀ ਆਉਂਦੀ ਆ ਉਹਦੇ ਵਿੱਚ ਕਈ ਪਰ ਨਸ਼ੇ ਦਾ ਦਲਦਲ ਨਸ਼ੇ ਦਾ ਜਿਹੜਾ ਇਸ ਵੇਲੇ ਰੋਜ਼ਾਨਾ ਇਹ ਦਿਨੋਂ ਦਿਨ ਵੱਧ ਰਿਹਾ ਕਈ ਗਵਰਨਮੈਂਟ ਆਈਆਂ ਕਾਂਗਰਸ ਨੇ ਪੂਰਾ ਜ਼ੋਰ ਲਾ ਲਿਆ ਨਹੀਂ ਉਹਨਾਂ ਕੋਲ ਕੰਟਰੋਲ ਹੋਇਆ ਅਰ ਗਾਲੀਦਾਲ ਨੇ ਵੀ ਪੂਰਾ ਜ਼ੋਰ ਲਾਇਆ ਨਹੀਂ ਕੰਟਰੋਲ ਹੋਇਆ ਬੀਜੇਪੀ ਨੇ ਨਾਲ ਉਹਨਾਂ ਦੇ ਨਾਲ ਸਹਿਯੋਗ ਦਿੱਤਾ ਨਹੀਂ ਕੰਟਰੋਲ ਹੋਇਆ ਹੁਣ ਇਸ ਵੇਲੇ ਬੈਠੀ ਆ ਆਪ ਸਰਕਾਰ ਇਹਨਾਂ ਨੂੰ 2 ਸਾਲ ਦੇ ਕਰੀਬ ਹੋ ਚਲੇ ਆ ਇਹਨਾਂ ਦਾ ਵੀ ਅਜੇ ਕੋਈ ਅਤਾ ਪਤਾ ਨਹੀਂ ਹੋਇਆ ਕੁਝ ਨਹੀਂ ਹੈ ਨਾ ਕੋਈ ਪੁਲਿਸ ਵਾਲੇ ਖੋਦ ਫੜੇ ਜਾ ਰਹੇ ਨਸ਼ਾ ਵੇਚਦੇ ਉਹਦੇ ਵਿੱਚ ਬਾਕੀ ਚਿੱਟਾ ਐਰੋਮਾਰਕ ਕੀਤੇ ਪਿੰਡਾਂ ਇਧਰ ਚਿੱਟਾ ਮਿਲਦਾ ਹੈ ਸਵੇਰੇ ਅਖਬਾਰ ਚੁੱਕੋ ਪੜ੍ਹਦੇ ਜੇ ਓਵਰਡੋਜ਼ ਨਾਲ ਦੋ ਮੁੰਡੇ ਮਾਰੇ ਗਏ ਫੁੱਟਪਾਥ ਤੇ ਪਏ ਜਾਂਦੇ ਆ ਔਰ ਬਾਕਾਇਦਾ ਸੀ ਜੀ ਵਾਰ-ਵਾਰ ਇਹਦੇ ਬਾਰੇ ਕਹਾਂਗੇ ਤਾਂ ਜਿਆਦਾ ਵੀ ਕਹਿਣਾ ਗਲਤ ਹੁੰਦਾ ਬਸ ਲੋਕਾਂ ਨੂੰ ਪਤਾ ਜਿਹੜੇ ਸਾਡੇ ਦਰਸ਼ਕ ਨੇ ਬਾਹਰ ਵੀ ਬੈਠੇ ਉਹਨਾਂ ਨੂੰ ਪਤਾ ਪੰਜਾਬ ਚ ਕਿਉਂ ਹੋ ਰਿਹਾ ਨਸ਼ਾ ਤਸਕਰੀ ਤੇ ਹੋ ਰਹੀ ਹੈ ਬਾਹਰਲੇ ਸੂਬਿਆਂ ਤੋਂ ਵੀ ਆ ਰਿਹਾ ਇੱਥੇ ਵੀ ਕੈਮੀਕਲ ਬਣ ਰਿਹਾ ਤਾਨੂੰ ਪਤਾ ਹੈ ਕਿ ਅਫਗਾਨਿਸਤਾਨ ਤੋਂ ਵਾਇਆ ਪਾਕਿਸਤਾਨ ਆ ਰਿਹਾ, ਰਾਜਸਤਾਨ ਤੋਂ ਆ ਰਿਹਾ, ਫੀਮਾਰੀ ਹੋਰ ਆ ਰਿਹਾ। ਪਰ ਲੋਕ ਕਹਿ ਰਹੇ ਕਿ ਫੀਮ ਨਾਲੋਂ ਜਿਹੜੇ ਕੈਮੀਕਲ ਨਸ਼ੇ ਹੋ ਜ਼ਿਆਦਾ ਮਾੜੇ ਹੈ। ਚਿੱਟਾ ਜਿਹਦੇ ਵਿੱਚ ਰਸਾਇਣਕ ਪਦਾਰਥ ਮਿਲਾਏ ਹੋ ਉਹ ਤਾਂ 1.5 ਮਹੀਨੇ ਚ ਮਾਰ ਲੈਂਦੇ। ਐਵੇਂ ਅਮਰੀਕਾ ਦੇ ਵਿੱਚ ਵੀ ਕਈ ਸਟ੍ਰੀਟਸ ਇਦਾਂ ਦੀਆਂ ਨੇ ਜਿੱਥੇ ਨਸ਼ਾ ਖਾ ਕੇ ਪਰ ਇਹ ਨਸ਼ੇ ਦਾ ਜਿਹੜਾ ਹੈ ਨਾ ਪੂਰੀ ਦੁਨੀਆ ਦੇ ਵਿੱਚ ਮਾਫੀਆ ਬੈਠਾ ਹੋਇਆ ਹੈ। ਉਹਨਾਂ ਨੂੰ ਜਾਨਾ ਜਾਂਦੀ ਹੈ ਕੋਈ ਮਤਲਬ ਨਹੀਂ ਆਪਣੀ ਜੇਬ 'ਚ ਪੈਸੇ ਆਣੇ ਚਾਹੀਦੇ ਨੇ। ਥੈਟ ਇਜ਼ ਦ ਬਾਟਮ ਲਾਈਨ। ਔਰ ਦੂਜਾ ਮਰ ਜਾਵੇ ਘਰ ਬਰਬਾਦ ਹੋ ਜਾਣ ਕੋਈ ਲੈਣਾ ਦੇਣਾ ਸੋ ਇਹ ਪੂਰੀ ਦੁਨੀਆ ਦੇ ਵਿੱਚ ਵਰਤਾਰਾ ਹੈ ਤੁਸੀਂ ਇਹ ਗੱਲ ਕੀਤੀ ਪੂਰੀ ਦੁਨੀਆ ਦੀ ਇਹ ਜਿਹੜੀ ਗੱਲ ਆ ਬਿਲਕੁਲ ਵਧੀਆ ਸਾਡੇ ਦਰਸ਼ਕਾਂ ਨੂੰ ਦੱਸਣੀ ਚਾਹੀਦੀ ਹੈ ਕਿ ਜਿਹੜੇ ਅਮਰੀਕਾ ਔਰ ਕੈਨੇਡਾ ਦੇ ਵਿੱਚ ਇਸ ਤਰ੍ਹਾਂ ਦੇ ਡਰੱਗੀਜ਼ ਆ ਨਾ ਡਰੱਗੀਜ਼ ਸਟ੍ਰੀਟ ਉਹਦੇ ਵਿੱਚ ਜਿਹੜੇ ਖਾ ਰਹੇ ਆ ਉਹ ਚ ਭੰਗ ਤੋਂ ਓਪਨ ਕਰ ਦਿੱਤੀ ਉਹ ਚ ਲਾਈਨਾਂ ਲੱਗੀਆਂ ਗੇ ਲੈਰੇ ਪੰਗਾ ਜਿਹੜਾ ਜਿਹਨੂੰ ਅਸੀਂ ਸੁਖਨਦਾਨ ਕਹਿੰਨੇ ਪੰਜਾਬ ਇੱਥੇ ਪੰਜਾਬ ਚ ਨਿਹੰਗ ਛੱਕਦੇ ਉਹਨੂੰ ਔਰ ਉਹਦਾ ਕੋਟਾ ਲਾਉਂਦੇ ਆ ਔਰ ਉਹਦੇ ਸਰਦਾਈ ਪਾਉਂਦੇ ਉਹਦੇ ਵਿੱਚ ਬੜਾ ਕੁਝ ਪਾਉਂਦੇ ਆ ਅੱਜ ਖਾਸ ਖਾਸ ਪਾਉਂਦੇ ਆ ਬੜਾ ਕੁਝ ਪਾ ਕੇ ਘੋਟ ਕੇ ਪੀਂਦੇ ਆ ਉਹ ਤਾਂ ਗੁਰੂ ਕੀ ਲਾਡਲੀ ਫੌਜ ਆ ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ ਔਰ ਬਾਹਰਲੇ ਦੇਸ਼ਾਂ ਵਿੱਚ ਵੀ ਚਲੇ ਗਿਆ ਪੰਗ ਦਾ ਨਸ਼ਾ ਜਿਹੜਾ ਉੱਥੇ ਚਲੇ ਗਿਆ ਔਰ ਅਫੀਮ ਵੀ ਆ ਬਾਕੀ ਨਸ਼ੇ ਵੀ ਆ ਕੈਨੇਡਾ ਤੇ ਅਮਰੀਕਾ ਦੀਆਂ ਤੁਸੀਂ ਗਲੀਆਂ 'ਚ ਵੇਖੋ ਫੁੱਟਪਾਥ ਤੇ ਦੇਖੋ ਕੀ ਕੁਝ ਹੋ ਰਿਹਾ ਉਹਦੇ 'ਚ ਸਾਡੇ ਪੰਜਾਬੀ ਮੁੰਡੇ ਨਵਾਲੇ ਨਹੀਂ ਹੋਣਗੇ ਪੰਜਾਬੀ ਮੁੰਡੇ ਨਹੀਂ ਆ ਉੱਥੋਂ ਦੇ ਮੂਲ ਨਿਵਾਸੀ ਉਹ ਲੋਕ ਨੇ ਉਹਨਾਂ ਦੇ ਸਿਟੀਜ਼ਨ ਜਿਹੜੇ ਉੱਥੇ ਬੈਠੇ ਆ ਸਾਡੇ ਦਰਸ਼ਕਾਂ ਨੂੰ ਪਤਾ ਹੋਣਾ ਜਿਹੜੇ ਇਸ ਵ ਇਹ ਪ੍ਰੋਗਰਾਮ ਵੇਖ ਵੀ ਰਹੇ ਉਹਨਾਂ ਨੂੰ ਪਤਾ ਵੀ ਕੈਨੇਡਾ ਚ ਕੀ ਹੋ ਰਿਹਾ ਔਰ ਅਮਰੀਕਾ ਚ ਕੀ ਹੋ ਰਿਹਾ ਔਰ ਇਸ ਗੱਲ ਤੇ ਨਿਊਜ਼ੀਲੈਂਡ ਤੇ ਇਹਨਾਂ ਨਹੀਂ ਹੈਗਾ ਨੀਦਰਲੈਂਡ ਸਵਿਟਜ਼ਰਲੈਂਡ ਇਹ ਦੇਸ਼ ਬਚੇ ਆ ਜਿੰਨ ਇਥੇ ਜ਼ਿਆਦਾ ਵੱਡੇ ਦੇਸ਼ ਜੜਿਆ ਗਿਆ ਰਸ਼ੀਆ ਬਹੁਤ ਵੱਡਾ ਵਰਗਾਕਾਰ ਦੇ ਖੇਤਰਫਲ ਨਾਲ ਬਹੁਤ ਵੱਡਾ ਕੈਨੇਡਾ ਉਹਨਾਂ ਦੂਜਾ ਦੇਸ਼ ਅਮਰੀਕਾ ਚ ਤੇ ਬੇਪਨਾਹ ਅਸ਼ੀ ਨਾਲ ਹੋ ਰਿਹਾ ਇਹ ਗੱਲ ਹੈਗੀ ਆ ਔਰ ਉਹਦੇ ਨਾਲ ਲੱਗਦਾ ਪੰਜਾਬ ਵਿੱਚ ਵੀ ਹੈਗਾ ਪੰਜਾਬ ਵਿੱਚ ਤੇ ਇਹਨੂੰ ਕੰਟਰੋਲ ਕਰਨ ਚਾਹਦੇ ਹੁਣ ਇਹਨਾਂ ਦੇ ਹੱਥ ਚੋਂ ਇਹ ਖੇਡ ਨਿਕਲ ਚੁੱਕੀ ਆ ਥੋੜੀ ਨਹੀਂ ਹੋ ਰਿਹਾ ਔਰ ਜਿੱਦਾਂ ਤੁਸੀਂ ਗੱਲ ਕਰ ਦਿੰਦੇ ਕਿ ਵੀ ਇਹ ਅਰਦਾਸ ਹੈ ਜਾਂ ਲੋਕਾਂ ਦਾ ਸਹਿਯੋਗ ਹੈ ਲੋਕ ਆਪ ਮਨ ਨੂੰ ਮਨਾ ਲੈਣ ਤੇ ਹੋ ਜੂਗਾ ਨਹੀਂ ਤੇ ਨਹੀਂ ਰੁਕਦਾ ਬਿਲਕੁਕੁਲ ਸਹੀ ਹੈ ਪੁਲਿਸ ਨਹੀਂ ਰੋਕੂਗੀ ਸਿਆਸਤ ਨਹੀਂ ਰੋਕੂਗੀ ਲੋਕ ਆਪ ਰੋਕਣਗੇ ਲੋਕ ਆਪ ਰੋਕਣ ਆਪਣੇ ਬੱਚਿਆਂ ਨੂੰ ਪਿੰਡ ਦੇ ਸਰਪੰਚ ਪਿੰਡ ਦੀਆਂ ਪੰਚਾਇਤਾਂ ਔਰ ਗੁਰੂ ਘਰ ਜੇ ਇਹ ਇਹ ਅੱਗੇ ਆਉਣ ਇਹ ਕਰ ਸਕਦੇ ਇਹਨਾਂ ਦੀ ਗੱਲ ਮੰਨ ਨਹੀਂ ਸਕਦੇ ਲੋਕ ਬਿਲਕੁਕੁਲ ਮੰਨ ਸਕਦੇ ਕਿੰਨੇ ਨਸ਼ਾ ਕੇਂਦਰوں ਛਡਾਉ ਜਿਹੜੇ ਨਸ਼ਾ ਕਿੰਨੇ ਸੀਗੇ ਉਹਦੇ ਚੋਂ ਆਪ ਨਸ਼ਾ ਛਡਾਉਂਦੇ ਕੋਚ ਨਸ਼ੀਦੀ ਗੋਲੀਆਂ ਦੇ ਦੇ ਪਹਿਲਾਂ ਘਰੋੜੀ ਦੇ ਮੁੰਡੇ ਪੱਜ ਜਾਂਦੇ ਬਿਲਕੁਲ ਗੱਲ ਨਹੀਂ ਬਣੀ ਉੱਥੇ ਵੀ ਜੋ ਬਣਨੀ ਚਾਹੀਦੀ ਸੀ ਨਹੀਂ ਸੋ ਆਪ ਅੱਗੇ ਚੱਲੀਏ ਜੀ ਪੰਜਾਬ ਦੇ ਵਿੱਚ ਦਾਪਾ ਜੋ ਮਾਹੌਲ ਚੱਲਦਾ ਪਿਆ ਉਹਦੇ ਵਿੱਚ ਇੱਕ ਹੋਰ ਮੁੱਦਾ ਵੀ ਹੈਗਾ ਜਿਹੜਾ ਐਸਵਾਈਐਲ ਦਾ ਹਾਂ ਪਾਣੀ ਦਾ ਹਾਂ ਔਰ ਹਰਿਆਣਾ ਰਾਜਸਥਾਨ ਪਾਣੀ ਮੰਗਦੇ ਨੇ ਪੰਜਾਬ ਕਹਿੰਦਾ ਸਾਡੇ ਕੋਲ ਪਾਣੀ ਹੈ ਨਹੀਂ ਦੇਣਾ ਕਿੱਥੋਂ ਹੈ ਨਹਿਰਾ ਪੁੱਟ ਕੇ ਕੀ ਕਰੀਏ ਮੁੱਦਾ ਹੀ ਇਹਨਾ ਪੁਰਾਣਾ ਹੋ ਚੁੱਕਾ ਹੈ ਔਰ ਇਸ ਵਕਤ ਬਾਕੀ ਪਾਣੀ ਦਾ ਬੁਰਾ ਹਾਲ ਹੈ ਔਰ ਇਸ ਵਕਤ ਵਿਰੋਧੀ ਧਿਰਾਂ ਵੱਲੋਂ ਵੀ ਗੱਲਾਂ ਹੋ ਰਹੀਆਂ ਨੇ ਔਰ ਸਾਰੇ ਜਾਣੇ ਕਹਿ ਰਹੇ ਨੇ ਕਿ ਅਸੀਂ ਆਪਸ ਦੀ ਸਿਆਸਤ ਤੋਂ ਉੱਤੇ ਉੱਠ ਕੇ ਸੂਬੇ ਦਾ ਸੋਚੀਏ ਸੂਬੇ ਦੇ ਪਾਣੀ ਦਾ ਸੋਚੀਏ ਔਰ ਸੁਨੀਲ ਜਾਖੜ ਸਾਹਿਬ ਨੇ ਕੋਈ ਨਵੀਂ ਬੈਸ ਛੇੜ ਦਿੱਤੀ ਹੈ ਕਿ ਕੀ ਚੀਜ਼ ਹੈ ਔਰ ਇਹ ਵਿੱਚ ਜਦੋਂ ਤੁਸੀਂ ਕਿਹਾ ਕਿ ਜੜੀ ਵਿਰੋਧੀ ਧਿਰਾਂ ਨੇ ਉਹਨਾਂ ਨੇ ਕਈਆਂ ਤੇ ਬਾਈਕਾਟ ਕਰਤਾ ਅਕਾਲੀ ਦਲ ਤਾਂ ਪਹਿਲਾਂ ਹੀ ਹੋਇਆ ਓਥੇ ਚੰਡੀਗੜ੍ਹ ਉਹਨਾਂ ਨੇ ਰੌਲਾ ਪਾਇਆ ਔਰ ਭਗਵੰਤ ਮਾਨ ਨੂੰ ਕਿਹਾਓ ਸਾਡੇ ਨਾਲ ਮਿਲੋ ਔਰ ਬਾਦਲ ਸਾਹਿਬ ਛੋਟੇ ਬਾਦਲ ਸਾਹਿਬ ਜਿਹੜੇ ਸੁਖਬੀਰ ਬਾਦਲ ਜੀ ਉਹਨਾਂ ਨੇ ਕਹਿਤਾ ਮੋਦੀ ਜੀ ਨੂੰ ਤੇ ਤੁਸੀਂ ਭਵੇਂ ਆਰਮੀ ਭੇਜ ਦਿਓ ਜੋ ਮਰਜੀ ਭੇਜ ਦਿਓ ਅਸੀਂ ਸਰਵੇਖਣ ਨਹੀਂ ਹੋਣ ਦਵਾਗੇ ਬਿਲਕੁਲ ਔਰ ਇਹਦੇ ਵਿੱਚ ਆਪ ਸਰਕਾਰ ਜਿਹੜੀ ਮੌਜੂਦਾ ਸਰਕਾਰ ਇਹਨਾਂ ਵੀ ਕਹਿੰਦਾ ਕਿ ਅਸੀਂ ਇਸ ਪਾਸੇ ਸਰਵੇਖਣ ਨਹੀਂ ਹੋਣ ਦਵਾਗੇ ਉਹਨਾਂ ਵੱਲੋਂ ਬਿਆਨ ਆ ਚੁੱਕਿਆ ਤੀਜਾ ਬਿਆਨ ਜਿਹੜਾ ਆਇਆ ਵਾ ਉਹ ਹੈਗਾ ਸੁਨੀਲ ਜਾਖੜ ਜੀ ਦਾ ਉਹਨਾਂ ਕਹਾਂਗੇ ਇਹ ਜੇ ਬਹਿਸ ਕਰਨੀ ਆ 1 ਨਵੰਬਰ ਨੂੰ ਸਫਾਈ ਹਲ ਤੇ ਮੁੱਦਾ ਹੈਗਾ ਇਹਦੇ ਵਿੱਚ ਜਿਹੜੇ ਲੀਗਲ ਜਿਹੜੇ ਪਰਸਨਲਿਟੀ ਨੇ ਉਹਨਾਂ ਨੂੰ ਬੁਲਾਓ ਔਰ ਜਿਹਦੇ ਵਿੱਚ ਸੰਸਦ ਰਹਿ ਚੁੱਕੇ ਜਿਹੜੇ ਆ ਧਰਮਵੀਰ ਗਾਂਧੀ ਜੀ ਆਉਣਗੇ ਕਮਰ ਸੰਧੂ ਜੀ ਆਉਣਗੇ ਔਰ ਫੁਲਕਾ ਜੀ ਜਿਹੜੇ ਐਡਵੋਕੇਟ ਰਹ ਚੁੱਕੇ ਆ ਜਿਨ੍ਹਾਂ ਕੋ 1984 ਰਾਈਟਸ ਦਾ ਜਿਹੜਾ ਕੇਸ ਵੀ ਹੈਗਾ ਸੀ ਉਹ ਲੜ ਰਹੀ ਉਹਦੇ ਬਾਰੇ ਔਰ ਬੜੇ ਮਹਾਨ ਔਰ ਬੜੇ ਮੰਨ ਲਓ ਸੁਲਝੇ ਹੋਏ ਐਡਵੋਕੇਟ ਆ ਔਰ ਉਹਨਾਂ ਨੇ ਜਦੋਂ ਉਹਨਾਂ ਕੋਲ ਗੱਲ ਪਹੁੰਚੀ ਉਹਨਾਂ ਮਨੇ ਕਿਹਾ ਨਹੀਂ ਜਿਹਦੇ ਵਿੱਚ ਤੋਂਮਤਾ ਲੱਗਣ ਦਾ ਕੰਮ ਆਂਦਾ ਜਿੱਤੇ ਚੇਕ ਉਹਦੇ ਜਿੱਤੇ ਚੱਕੜ ਸੁੱਟਣ ਦਾ ਕੰਮ ਆਂਦਾ ਅਸੀਂ ਉਹ ਚ ਨਹੀਂ ਪਾਰਟਿਸਿਪੇਟ ਕਰਾਂਗੇ ਤਾਂ ਮੈਂ ਧਰਮੇਰ ਗਾਂਧੀ ਨੇ ਕਿਹਾ ਕਿ ਇਹ ਇੱਕ ਤਮਾਸ਼ਾ ਬਣਾਉਂਦਾ ਆਪ ਸਰਕਾਰ ਨੇ ਮੈਂ ਇਹਦੇ ਵਿੱਚ ਨਹੀਂ ਆਉਂਗਾ ਜਿੰਨੇ ਜਿੰਨੇ ਨੇ ਕਾਉਂਸਲ ਸੰਦ ਨੂੰ ਜਵਾਬ ਦਿੱਤਾ ਤਿੰਨੇ ਬੰਦੇ ਨਹੀਂ ਆਏ ਇਹਦਾ ਮਤਲਬ ਹੈਗਾ ਕਿ ਬੀਜੇਪੀ ਆਪ ਹੀ ਬਾਈਕਾਟ ਕਰਨਾ ਚਾਹੁੰਦੀ ਹੈ ਦੂਜਾਂ ਦਾ ਨਾਮ ਲਾ ਕੇ ਆਪ ਹੀ ਨਹੀਂ ਆਉਣਾ ਚਾਹੁੰਦੇ ਇਹਦੇ ਵਿੱਚ ਜਿਹੜੇ ਚਿੰਤਕ ਨੇ ਸਾਡੇ ਉਹਨਾਂ ਕਿਹਾ ਕਿ ਸਾਰੀਆਂ ਤਰ੍ਹਾਂ ਆਪ ਹੀ ਗਿਲਤੀ ਹੈ ਆਪ ਹੀ ਝੂਠੀਆਂ ਜਦੋਂ ਕਿ ਬੀਜੇਪੀ ਜਦੋਂ ਇਨਵੋਲਵ ਸੀਗਾ ਬੀਜੇਪੀ ਹੈ ਉਹਦੇ ਜਿਹੜੇ ਐਤਵਲੇ ਬੀਜੇਪੀ ਦੇ ਕਾਰਕੁਨ ਨੇ ਔਰ ਉਹਦੇ ਸੂਬਾ ਪ੍ਰਧਾਨ ਨੇ ਜਾਖੜ ਸਾਹਿਬੇ ਖੁਦ ਆਪ ਉਹਤ ਕਾਂਗਰਸੀ ਇਹ ਆਪ ਉਥੇ ਖਲੋਤੇ ਜਦੋਂ ਟੱਕ ਲੱਗ ਰਿਹਾ ਜਦੋਂ ਉਹਨਾਂ ਦੀ ਫੋਟੋ ਹੈਗੀਆਂ ਉਹਦੇ ਵਿੱਚ ਔਰ ਜੀ ਕੈਪਟਨ ਅਮਰਿੰਦਰ ਸਿੰਘ ਨਾਲ ਸੀ ਜਿਹਨੂੰ ਇੰਦਰਾਗੰਗ ਦੇ ਚਾਂਦੀ ਦੀ ਕਈ ਲੈ ਕੇ ਆ ਕੇ ਉੱਤੇ ਕਪੂਰੀ ਪਿੰਡ ਦੇ ਵਿੱਚ ਟੱਕ ਲਾਇਆ ਔਰ ਬਾਦਲ ਸਾਹਿਬ ਦੀ ਨੇ ਵਧਾਈਆਂ ਦਿੱਤੀਆਂ ਉੱਧਰ ਜਾ ਕੇ ਜਿਹੜੀ ਹਰਿਆਣਾ ਗਵਰਨਮੈਂਟ ਆ ਇਹ ਵੇਖੋ ਕੀ ਕਰ ਰਹੀ ਹੈ ਇੱਕ ਪਾਸੇ ਸ਼ਾਸਤ ਕੀ ਹੈ ਇਲੈਕਸ਼ਨ ਆ ਗਿਆ ਹੁਣ ਉਹਦੇ ਵਿਰੋਧੀ ਹੋ ਗਏ ਅਸੀਂ ਨਹੀਂ ਚਾਹੁੰਦੇ ਹਨ ਉਹਦੇ ਤੇ ਖੇਤੀ ਕਰਾਉਣ ਲਈ ਬਾਦਲ ਸਾਹਿਬ ਨੇ ਕੀਤਾ ਮੁਆਵਜ਼ਾ ਉਹਨਾਂ ਨੂੰ ਉਹਨਾਂ ਲੈ ਚੁੱਕੇ ਸੀ ਕਿਸਾਨ ਉਹਨਾਂ ਨੂੰ ਫ੍ਰੀ ਕੀਤਾ ਖੇਤੀ ਬਾਉ ਕਿਉਂਕਿ ਉਹ ਤੋਂ ਪੰਜਾਬ ਦੇ ਸੂਬਾ ਦੇ ਪ੍ਰਕਾਸ਼ ਸਿੰਘ ਬਾਦਲ ਜੀ ਮਰਹੂਮ ਮੁੱਖ ਮੰਤਰੀ ਸੀਗੇ ਹੁਣ ਉਹਦੇ ਵਿੱਚ ਆਪ ਸਰਕਾਰ ਤਾਂ ਹੁਣ ਆਈ ਆ ਇਹ ਤਾਂ ਨਵੀਂ ਸਰਕਾਰ ਐ ਇਹਨੇ ਤਾਂ ਜੇ ਆਪਣੇ ਘੋੜੇ ਤਿੰਨ ਵੀ ਨਹੀਂ ਕੱਤੇ ਤੇ ਤਿੰਨ ਚਾਰ ਪੂਣੀਆਂ ਕੱਤੀਆਂ ਨੇ ਤੇ ਇਹਨਾਂ ਤੇ ਬਹੁਤਾ ਵੀਰੇ ਲਿਹਾਜ਼ ਨਾਲ ਇਹਨਾਂ ਨੂੰ ਬਹੁਤਾ ਪਤਾ ਵੀ ਨਹੀਂ ਗਾਇਦੀ ਹਿਸਟਰੀ 1985 ਦੇ ਵਿੱਚ ਜਦੋਂ ਰਜੀਵ ਗਾਂਧੀ ਸਮਝਾਤਾ ਹੋਇਆ ਰਜੀਵ ਗਾਂਧੀ ਤੇ ਸੰਤ ਪਤੇ ਸਿੰਘ ਤੇ ਲੰਗਵਾਲ ਸੀ ਲੰਗਵਾਲ ਜੀ ਫਿਰ ਇਹ ਰੁਕਣ ਤੋਂ ਬਾਅਦ ਫਿਰ ਹਰਿਆਣਾ ਨੇ ਉਹ ਚਾਜਚਾਹਰ ਕਰ ਦਿੱਤੀ ਸੁਪਰੀਮ ਕੋਰਟ ਤੇ ਸੁਪਰੀਮ ਕੋਰਟ ਨੇ ਕਹਤਾ ਵੀ ਕੇਂਦਰ ਨੂੰ ਕਹਤਾ ਕਿ ਤੁਸੀਂ ਜਾ ਕੇ ਉਹਦਾ ਸਰਵੇਖਣ ਕਰਾਓ ਪੰਜਾਬ ਗਵਰਨਮੈਂਟ ਨੂੰ ਲੈ ਕੇ ਤੇ ਸੁਪਰੀਮ ਕੋਰਟ ਜਿਹੜੀ ਸਿਖਰਲੀ ਅਦਾਲਤ ਜਦੋਂ ਉਹਦਾ ਹੁਕਮ ਆ ਜੂਗਾ ਤੇ ਕੌਣ ਰੋਕ ਲਗਾਉਣਾ ਹੈ ਕਿ ਨਹੀਂ ਹੁਣ ਇਹ ਜੈਜੀਟੇਸ਼ਨ ਆਉਣਗੀਆਂ ਹਾਲਾਂਕਿ ਅਕਾਲੀ ਦੰਦ ਨੇ ਬੜੀਆਂ ਗ੍ਰਿਫਤਾਰੀਆਂ ਦਿੱਤੀਆਂ ਜਦੋਂ ਕਿ ਕਪੂਰੀ ਜਾ ਕੇ ਆਪ ਪਟਿਆਲੇ ਜਾ ਕੇ ਆ ਪਟਿਆਲੇ ਦੇ ਨਾਲ ਹੀ ਪਿੰਡ ਹੈਗਾ ਔਰ ਇਹਦੀ ਬੜੀ ਵੱਡੀ ਲੰਬੀ ਸਟੋਰੀ ਹੈ ਪਰ ਇਹ ਜਿਉਂ ਦਾ ਤਿਉਂ ਜਿੱਦਾਂ ਚੰਡੀਗੜ੍ਹ ਹਰਿਆਣਾ ਮੰਗਦਾ ਪੰਜਾਬ ਮੰਗਦਾ ਐਸ ਵੀ ਐਲ ਦਾ ਮੁੱਦਾ ਵੀ ਉੱਥੇ ਦਾ ਉੱਥੇ ਹੀ ਆ ਜੀ ਐਨ ਕੇ ਦਾ ਜਿੱਦਾਂ ਮੁੱਦਾ ਅਜੇ ਤੱਕ ਨਹੀਂ ਸੋਲਵ ਹੋ ਸਕਿਆ 370 ਜਿਹੜਾ ਆਰਟੀਕਲ ਉਹਦਾ ਰੌਲਾ ਪਿਆ ਰਿਹਾ ਅਜੇ ਤੱਕ ਇਹ ਮੁੱਦਿਆਂ ਨੂੰ ਨਾ ਜਾਣ ਤੇ ਪੂਰੀ ਤਰ੍ਹਾਂ ਸੁਜਲਾਉਣਾ ਨਹੀਂ ਚਾਹੁੰਦੇ ਸੁਜਾਣਾ ਨਹੀਂ ਚਾਹੁੰਦੇ ਜਾਂ ਇਹਨੂੰ ਸੋਲਵ ਨਹੀਂ ਕਰਨਾ ਚਾਹੁੰਦੇ ਜਾਂ ਇਹਦੇ ਚਾਹੁੰਦੇ ਵੀ ਉਹ ਜਿਹੜਾ ਪਾਣੀ ਰੜਕਣ ਦੀ ਗੱਲ ਹੈਗੀ ਹੈ ਵੀ ਇਹਨੂੰ ਅਸੀਂ ਲੱਸੀ ਬਣਾਉਣੇ ਕੋਈ ਨਹੀਂ ਕਦੀ ਬਣੂਗਾ ਰੇੜਕਾ ਪਾਈ ਰੱਖਿਆ ਰੇੜਕਾ ਪਾ ਔਰ ਇਹਦੇ ਉੱਤੇ ਸਿਆਸਤ ਮੁੱਦਿਆਂ ਦਾ ਹੀ ਹਾਲ ਹੈ ਮੁੱਦੇ ਹੱਲ ਨਹੀਂ ਕਰਨੇ ਸਿਆਸਤ ਰਚਨੀ ਹੈ ਉਹਦੇ ਆਲੇ ਦੁਆਲੇ ਹਾਂ ਸੋ ਸਿਆਸਤ ਬੁਣਦੇ ਹੀ ਰਹਿੰਦੇ ਨੇ ਬਿਲਕੁਲ ਬਿਲਕੁਲ ਸੋ ਹੁਣ ਸਿਆਸਤ ਦੀ ਗੱਲ ਆਈ ਹੈ ਤੇ ਪੰਜ ਰਾਜਾਂ ਦੇ ਵਿੱਚ ਇਲੈਕਸ਼ਨਸ ਹੋਣੀਆਂ ਨੇ ਜੀ ਤੇ ਕਾਂਗਰਸ ਨੇ ਕਮਰ ਕੱਸ ਲਈ ਹੈ ਹਾਂ ਔਰ ਕਮਰ ਤਾਂ ਸਭ ਨੇ ਕੱਸੀ ਹੋਈ ਹੈ ਔਰ ਹਮੇਸ਼ਾ ਕੱਸੀ ਰੱਖਦੇ ਨੇ ਹਾਂ ਸਾਰੇ ਇਲੈਕਸ਼ਨ ਮੋਡ ਦੇ ਵਿੱਚ ਹੀ ਰਹਿੰਦੇ ਨੇ ਭਾਵੇਂ ਸੱਤਾ 'ਚ ਹੈਗੇ ਨੇ ਭਾਵੇਂ ਸੱਤਾ 'ਚ ਨਹੀਂ ਹੈਗੇ ਸਿਰਫ ਇਲੈਕਸ਼ਨਸ ਦੇ ਉੱਤੇ ਕੇਂਦਰਿਤ ਹੋ ਕੇ ਚੱਲਦੇ ਨੇ ਨਾਲ-ਨਾਲ ਲੋਕਾਂ ਦਾ ਜਿੰਨਾ ਕੁ ਭਲਾ ਹੋ ਗਿਆ ਹੋ ਗਿਆ ਬਾਕੀ ਤੇ ਸਿਆਸਤ ਹੈ ਪੋਲਿਟੀਕਲ ਹੈ ਸਭ ਕੁਝ ਪੋਲਿਟੀਕਲ ਇਕਨੋਮੀ ਵੀ ਪੋਲਿਟੀਕਲ ਹੀ ਹੈ ਹਾਂ ਇਕ ਕੰਰੈਂਟਲੀ ਜਿਹੜਾ ਚੋਣ ਕਮਿਸ਼ਨ ਨੇ ਡੇਟ ਦੇ ਦਿੱਤੀ ਆ ਕਿ ਇਹਦੀ ਇਲੈਕਸ਼ਨ ਫਲਾਣ ਫਲਾਣ ਡੇਟ ਨੂੰ ਹੋਊਗੀ ਉਹ ਮਿਜ਼ਰਮ ਚ ਸਭ ਤੋਂ ਪਹਿਲਾਂ ਹੋ ਰਹੀ ਆ ਔਰ ਇਹਦੇ ਚ ਮਧ ਪ੍ਰਦੇਸ਼ ਵੀ ਆ ਤੇਲਗਾਨਾ ਵੀ ਹੈ ਉਹਦੇ ਚ ਉਹਦੇ ਚ ਰਾਜਸਥਾਨ ਵੀ ਆ ਇਹ ਪੰਜ ਪ੍ਰਦੇਸ਼ ਆ ਜਿੱਥੇ ਇਲੈਕਸ਼ਨ ਹੋਣ ਜਾ ਰਹੀ ਹੈ ਆਪਾਂ ਪਿਛਲੇ ਪ੍ਰੋਗਰਾਮ ਚ ਗੱਲ ਕੀਤੀ ਸੀ ਕਿ ਬਿਲਕੁਲ ਇੱਕ ਵੱਡਾ ਨਵਾਂ ਸੰਕੇਤ ਆ ਜਿਹਦੇ ਵਿੱਚ ਜਿਹੜਾ ਮੈਜੋਰਟੀ ਬਹੁਮਤ ਲੈ ਗਿਆ ਇਹਦਾ ਮਤਲਬ ਲੋਕਾਂ ਦਾ ਚੁਕਾ ਉਸ ਪਾਰਟੀ ਵੱਲ ਹੈ ਇਹਦੇ ਤੋਂ ਪਤਾ ਲੱਗ ਜੂਗਾ ਇਹ ਜਿੱਦਾਂ ਫਿਚਰ ਫਿਲਮ ਹੁੰਦੀ ਹੈ ਤੇ ਟ੍ਰੇਲਰ ਹੁੰਦਾ ਨਾ ਉਹਦਾ ਜਾਂ ਸੈਮੀ ਫਾਈਨਲ ਹੈ ਉਹ ਸੈਮੀ ਫਾਈਨਲ ਤੇ ਟ੍ਰੇਲਰ ਆਏ ਜਿਹਨਾਂ ਦਾ 2024 ਚ ਹੋਣਾ ਉਹ ਟ੍ਰੇਲਰ ਪਹਿਨੂੰ ਦਿੰਦੇ ਜੇ ਉਹਨੂੰ ਵੇਖ ਕੇ ਈਵਰ ਜ਼ਿਆਦਾ ਹੋ ਜਾਣਗੇ ਤਾਂ ਮਤਲਬ ਇਹ ਆ ਚੀਜ਼ ਜਿਹੜੀ ਫਿਲਮ ਜਿਹੜੀ ਹੈਗੀ ਉਹ ਕਾਮਯਾਬ ਆ ਉਹ ਬਾਕਸ ਆਫਸ ਵਿੱਚ ਜਾਉਗੀ ਉੱਪਰ ਜਾਉਗੀ ਕਾਂਗਰਸ ਨੇ ਤੇ ਕਰ ਲਿਆ ਕਮਰਕਰ ਸਾਹਿਬ ਆ ਗਈ ਅੱਗੇ ਕਿ ਅਸੀਂ ਬਹੁਤ ਮਤ ਲਵਾਂਗੇ ਉਹਦੇ ਨਾਲ ਨਾਲ ਜਿਹੜੀ ਆ ਨੈਸ਼ਨਲ ਪਾਰਟੀ ਬਣ ਗਈ ਆ ਆਪ ਇਹ ਵੀ ਪਹੁੰਚ ਚੁੱਕੀ ਆ ਭਗਵੰਤ ਮਾਨ ਜੀ ਗਏ ਉੱਥੇ ਕੇਜਰੀਵਾਲ ਸਾਹਿਬ ਗਏ ਮਾਧ ਪ੍ਰਦੇਸ਼ ਚ ਉਹਨੇ ਬੜੀਆਂ ਸਹੂਲਤਾਂ ਦੇ ਉੱਤੇ ਪਹਿਮਾਨੇ ਬਣਾ ਦਿੱਤੇ ਆ ਬੜੇ ਰੋਡ ਪੇ ਮੈ ਬਣਾ ਦਿੱਤੇ ਆ ਔਰ ਬੱਚਿਆਂ ਦੀਆਂ ਸਹੂਲਤਾਂ ਪੜਾਈ ਦੀਆਂ ਸਹੂਲਤਾਂ ਉਹਦੇ ਵਿੱਚ ਗਰੀਬੀ ਦੂਰ ਕਰਨ ਦੀਆਂ ਕਈ ਨਾਰੇ ਉੱਤੇ ਦਿੱਤੇ ਉਹਨਾਂ ਨੇ ਇਸੇ ਤਰ੍ਹਾਂ ਕਾਂਗਰਸ ਕਰਦੀ ਹੈ ਭਾਜਪਾ ਵੀ ਇਸੇ ਤਰ੍ਹਾਂ ਕਰੂਗੀ ਇਹ ਲੋਕ ਵਖਾਵਾ ਲਾਲਚ ਲੋਕਾਂ ਨੂੰ ਕਹਿ ਕੇ ਕਹਿਣਾ ਕੁਝ ਤੇ ਕਰਨਾ ਕੁਝ ਇਹ ਦੋਹਾਂ ਪਾਰਟੀਆਂ ਨਹੀਂ ਸਾਰੀਆਂ ਪਾਰਟੀਆਂ ਦੇਖੋ ਔਰ ਇਹਦੇ ਵਿੱਚ ਜੇ ਇਹ ਕਾਮਯਾਬ ਹੁੰਦੀ ਪਾਰਟੀ ਤਾਂ ਉਹਨੂੰ ਥੋੜਾ ਜਿਹਾ ਹੋਰ ਜਿਹੜਾ ਪੜੋਲਾ ਨੇ ਉਹ ਬਣ ਬਣ ਜੂਗੀ ਜਿੱਥੇ ਖਲੋਣਾ ਨੇ ਮੰਚ ਲਾਂਚਿੰਗ ਪੈਡ ਲਾਂਚਿੰਗ ਪੈਡ ਉਹਦੇ ਤੇ ਆ ਉਹਨੇ ਬਣਾ ਲੈਣਾ ਕੋਈ ਉਹਨਾਂ ਨੂੰ ਪਤਾ ਫਿਰ ਉਹਨਾਂ ਨੇ ਹੋਰ ਸਹੂਲਤਾਂ ਦੀ ਪੁਸ਼ਾਰ ਲਾ ਦੇਣੀ ਆ ਝੜੀ ਲਾ ਦੇਣੀ ਉਹਨਾਂ ਨੇ ਫਿਰ ਲੋਕੋ ਤੁਸੀਂ ਸਾਡੇ ਵੱਲ ਆਗੇ ਜੇ ਹੁਣ ਆ ਸੁਣ ਲਓ ਆ ਮੈਨੀਫੈਸਟੋ ਸੁਣ ਲਓ ਅਸੀਂ ਉਹਨਾਂ ਰੋਟੀਆਂ ਤੱਕ ਰੋਟੀਆਂ ਸੇਕ ਸੇਕ ਤੁਹਾਨੂੰ ਦੇਵਾਂਗੇ ਸਬਜ਼ੀਆਂ ਬਣਾ ਬਣਾ ਦਵਾਂਗੇ ਇਥੋਂ ਤੱਕ ਆ ਜਾਊਗਾ ਆ ਸਬਜ਼ੀਆਂ ਦੀ ਗੱਲ ਤੋਂ ਯਾਦ ਆਇਆ ਰੋਟੀਆਂ ਦੀ ਗੱਲ ਤੋਂ ਜੀ ਜਿਵੇਂ ਹੋਟਲ ਚ ਹੁੰਦਾ ਨਾ ਮੈਨੂ ਕਾਰਡ ਆ ਇਹ ਜਿਹੜਾ ਇਹ ਮੈਨਿਊ ਕਾਰਡ ਹੀ ਦਿੰਦੇ ਨੇ ਇੱਕ ਤਰ੍ਹਾਂ ਨਾਲ ਮੈਨੀਫੈਸਟੋ ਕਿ ਮੈਨੀਫੈਸਟੋ ਨੂੰ ਕਹਿੰਦੇ ਨੇ ਮੈਨੀਫੈਸਟੋ ਆ ਮੈਨਿਊ ਉਹਦੇ ਨਾਲ ਮਿਲਦਾ-ਜੁਲਦਾ ਸੋ ਇਹ ਤਾਂ ਬਹੁਤ ਲਾਲਚ ਦੇਣੀ ਦੇਣੀ ਹੈ ਨਾ ਜੀ 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 ਸੋ ਆਪਾਂ ਅੱਗੇ ਤੁਰੀਏ ਜੀ ਮਹਿਲਾ ਰਾਖਵਾ ਕਰਨ ਜਿਹੜਾ ਰੈਜ਼ਰਵੇਸ਼ਨ ਦਾ ਬਿੱਲ ਪਾਸ ਹੋਇਆ ਉਹਦੇ ਲਈ ਕਹਿੰਦੇ ਨੇ ਕਿ ਇਹ ਫੌਰਨ ਲਾਗੂ ਕਰੋ ਕਿਉਂਕਿ ਲਾਗੂ ਕਦੋਂ ਕਰਨਾ ਪਾਸ ਕਰ ਲਿਆ ਠੀਕ ਹੈ ਹੁਣ ਲਾਗੂ ਕਦੋਂ ਕਰਨਾ ਹੈ ਕਾਂਗਰਸ ਕਹਿੰਦੀ ਹੈ ਇਹਦੇ ਵਾਸਤੇ ਮੂਹਮ ਛੇੜਾਂਗੇ ਇਹ 2024 ਚ ਗੱਲ ਹੋ ਰਹੀ ਹੈ ਕਿ 2029 ਤੱਕ ਜਾ ਰਿਹਾ ਕੀ ਮਸਲਾ ਕੀ ਹੈਗਾ ਹੈ ਇਹ ਮਸਲਾ ਕਾਂਗਰਸ ਨੇ ਚੁੱਕਿਆ ਕਾਂਗਰਸ ਜੀ ਸੋਨੀਆ ਗਾਂਧੀ ਜੀ ਆਰ ਕੜਕੇ ਸਾਹਿਬ ਜਿਹੜੇ ਪ੍ਰਧਾਨ ਨੇ ਕਾਂਗਰਸ ਤੇ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਹੁਣ ਜਿਹੜੀ ਹੈ ਇਹ ਤੁਸੀਂ ਅੱਖਾਂ ਵਿੱਚ ਘੱਟਾ ਨਾ ਪਾਓ ਮਾਨਯੋਗ ਰਾਸ਼ਟਰਪਤੀ ਮੈਡਮ ਨੇ ਵੀ ਉੱਥੇ ਸਾਈਨ ਕਰਕੇ ਬਿੱਲ ਹੋ ਗਿਆ ਪਾਸ ਫਾਈਨਲ ਸਟੇਜ ਤੇ ਆ ਕੇ ਹੁਣ ਹੋ ਗਿਆ ਉਹਨੂੰ ਲਾਗੂ ਕਰ ਲਈਏ ਤੇ ਕੀ ਕਦੋਂ ਸ਼੍ਰੀ ਗਣੇਸ਼ ਕਰਨਾ ਕਦੋਂ ਕਰੋਗੇ ਔਰ ਇਹਦੇ ਵਿੱਚ ਦੇ 2029 ਵਿੱਚ ਕਰਨਾ ਉਹ ਕਿਹੜੀ ਸਰਕਾਰ ਬੈਠੇ ਹੋ ਇਹ ਕੋਈ ਤੁਹਾਡਾ ਦਾਵਾ ਨਹੀਂ ਹੈਗਾ ਔਰ ਇਹਦੇ ਵਿੱਚ ਤੁਸੀਂ ਕੋਈ ਬਹੁਤ ਵੱਡੀ ਇਹਦੇ ਵਿੱਚ ਪ੍ਰੈਡਿਕਸ਼ਨ ਨਹੀਂ ਕਰ ਦਿੱਤੀ ਕਿ ਤੁਸੀਂ ਪੱਕੇ ਤੌਰ ਤੇ ਆਉਣਾ ਕਿਹੜੀ ਸਰਕਾਰ ਬੈਠੀ ਹੋ ਕਹਿੰਦੇ ਅਸੀਂ ਹੋ ਸਕਦਾ ਅਸੀਂ ਅੱਜ ਅਸੀਂ ਦਾ ਮਤਲਬ ਹੈਗਾ ਇੰਡੀਅਨ ਜਿਹੜੀ ਇਹਨਾਂ ਦੀ اپੋਜੀਸ਼ਨ ਪਾਰਟੀ ਬਣੀ ਹੈ ਤੇ ਉਹ ਇਕੱਠੇ ਹੋ ਗਏ ਤਾਂ ਅਸੀਂ ਲਾਗੂ ਕਰਾਂਗੇ ਪਰ ਲਾਗੂ ਕਰਨ ਤੋਂ ਪਹਿਲਾਂ ਤੁਹਾਡੇ ਵੱਲੋਂ ਕੀ ਨਿਯਾਮ ਤੁਹਾਡੇ ਵੱਲੋਂ ਕੀ ਗੱਲ ਹੈ ਕਿ ਇਹਨੂੰ ਸਿਰਫ ਪਾਸ ਕਰਕੇ ਔਰਤਾਂ ਦੀਆਂ ਵੋਟਾਂ ਇਕੱਠੀਆਂ ਕਰਨ ਦਾ ਲਿਆ ਸੀ ਅਸੀਂ ਤਾਂ ਸਹਿਮਤੀ ਦੇ ਦਿੱਤੀ ਉਹਨਾਂ ਨੇ ਕਹਤਾ ਸਹਿਮਤੀ ਦੇਣ ਤੋਂ ਬਾਅਦ ਰਾਹੁਲ ਗਾਂਧੀ ਨੇ ਵੀ ਕਿਹਾਗਾ ਕਿ ਜਾਤੀ ਜਨਮ ਅਨਾਂ ਜਿਹੜੀ ਹੋ ਰਹੀ ਆ ਉਹਦੇ ਤੇ ਵੀ ਤੁਸੀਂ ਇਸ ਵੇਲੇ ਫੱਟੀ ਪੋਚਦੀ ਵੀ ਨਹੀਂ ਕਰਾਂਗੇ ਜਦੋਂ ਕਿ ਵਿਹਾਰ ਕਰ ਗਿਆ ਵਿਹਾਰ ਵਿੱਚ ਹੋ ਗਈ ਆ ਉਦੇ ਚੱਗਾ ਵੰਦਾ ਗਰੀਬਾਂ ਤੱਕ ਪਹੁੰਚ ਆ ਗਈ ਆ ਜੇ ਪਤਾ ਲੱਗ ਜੂ ਪਿਆਜਾਤੀ ਦਾ ਬੰਦਾ ਗਰੀਬ ਹੈਗਾ ਉਹਨੂੰ ਜਿਹੜਾ ਪ੍ਰਾਪਰਟੀ ਲੈਂਡ ਲੈਣਾ ਹੈਗਾ ਉਹਨਾਂ ਨੂੰ ਘਟੂ ਘਟ ਸਹੂਲਤਾਂ ਕਿ ਦੇਣੀ ਹੈਗੀਆਂ ਔਰ ਜੇ ਉਹ ਕਰਾਂਗੇ ਤੇ ਆਇਡੈਂਟੀਫਾਈ ਹੋ ਜੂ ਸਾਰਾ ਕੁਝ ਔਰ ਉਹਦੇ ਉਹ ਵੀ ਤੁਸੀਂ ਨਾਰਾ ਦਿੱਤਾ ਸੀ ਉਹਦੇ ਤੇ ਵੀ ਤੁਸੀਂ ਨਹੀਂ ਜਾ ਕੇ ਆਪਣੇ ਪੈਰ ਖੜੇ ਕੀਤੇ ਕਿਸੇ ਮੰਚ ਤੇ ਤੁਸੀਂ ਨਹੀਂ ਆਏ ਤੁਸੀਂ ਉਸ ਨੂੰ ਪਿੱਛੇ ਦਾ ਪਿੱਛੇ ਕਰ ਦਿੱਤਾ ਉਹ ਰੋਹਲ ਗਾਂਧੀ ਨੇ ਕਹਿੰਦਾ ਕਿ ਤੁਹਾਡੇ ਹੁਣ ਦਿਨ ਗਿਣਤੀ ਤੇ ਆ ਕੇ ਇਸ ਕਰਕੇ ਛੱਡ ਰਹੇ ਜੇ ਜਾਂ ਤੁਸੀਂ ਚਾਹੁੰਦੇ ਜੇ ਕਿ ਇਹ ਇਹ ਕੌਣੀ ਦਾ ਫਾਇਦਾ ਲੈ ਲੇ ਸਹੂਲਤਾਂ ਦੇ ਕੇ ਔਰ ਇਹ ਜਿਹੜੇ ਹੁਣ ਜਾ ਵੂਮਨ ਰਿਜ਼ਰਵੇਸ਼ਨ ਦਾ ਗੱਲ ਹੋ ਗਈ ਆ ਇਹਨਾਂ ਕਹਿੰਦਾ ਘਟੋ-ਘਟ ਵੀ ਜੇ ਤੁਸੀਂ ਕਿਹਾ ਵੀ 29 ਤੋਂ ਬਾਅਦ 33 ਤੱਕ ਚਲ 33% ਹੈਗੀ ਔਰ 2029 ਤੱਕ ਲੈ ਜਾਓਗੇ ਤੇ ਕਿੰਨੇ ਸਾਲ ਆ ਜੇ ਬਾਕੀ ਬਚਦੇ ਉਹਦੇ ਤੱਕ ਇੱਕ ਗਵਰਨਮੈਂਟ ਆ ਕੇ ਵੀ ਚੱਲ ਜਾਣੀ 29 ਤੋਂ ਬਾਅਦ ਜੇ 24 ਆ ਤੇ 24 ਤੇ ਤੋਂ ਬਾਅਦ 24 ਚਾਹੁੰਦੀ ਗਵਰਨਮੈਂਟ 24 5 29 ਹੋਗੇ ਨਾ ਐਂਡ ਤੇ ਚਲੇ ਗਿਆ ਉਹਨਾਂ ਦਾ ਇਹਨਾਂ ਦਾ ਇਹ ਕਿਸੇ ਚਿੰਤਕ ਨੇ ਕਿਹਾ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਕਹਿੰਦਾ ਕਿ ਜਦੋਂ 29 ਤੱਕ ਆਜੂਗੀ ਉਦੋਂ ਫਿਰ ਐਂਡ ਹੋਗਾ ਜਿੱਦਾਂ ਹੁਣ ਐਂਡ ਆ ਇਹ 14 2014 ਤੋਂ ਆਏ ਆ ਦੋ ਟਰਮਸ ਆਏ ਆ ਤੇ ਹੁਣ ਜਾ ਕੇ ਐਂਡ ਤੇ ਇਹਨਾਂ ਨੇ ਐਲਾਨ ਕਰਤਾ ਫਿਰ 29 ਐਂਡ ਤੇ ਆਜੂਗੀ ਫਿਰ ਐਲਾਨ ਕਰ ਦੇਣਗੇ ਕਿ ਅਸੀਂ ਇਹਨੂੰ ਇੰਪਲੀਮੈਂਟ ਕਰਤਾ ਤੇ ਬਾਕੀ ਜਿਹੜੇ ਤੇ ਰਹਿਣਗੇ ਤੇ ਉਹਦੇ ਚੋ ਇੰਪਲੀਮੈਂਟ ਕਦੋਂ ਹੋ ਗਿਆ ਜਦੋਂ ਤੱਕ ਇਹ ਨਵੀਂ ਇਲੈਕਸ਼ਨ ਆ ਗਈ ਤੇ 33% ਤੇ ਮਿਲਿਆ ਹੀ ਨਾ ਨਨੂੰ ਜਿੰਨੀ ਦੇ ਤੱਕ ਇੰਪਲੀਮੈਂਟ ਹੁੰਦਾ ਇਹ ਗੱਲ ਖੜੋਤ ਹੈ ਸਟੈਗਨੇਸ਼ਨ ਆਫ ਬਿਲ ਸਟੈਗਨੇਸ਼ਨ ਆਫ ਬਿਲ ਯਸ ਸੋ ਹੁਣ ਜਾਂਦੇ ਜਾਂਦੇ ਇੱਕ ਮਸਲਾ ਹੋਰ ਜ਼ਰੂਰ ਲੈਣੇ ਆ ਹੂੰ ਅਗਨੀ ਵੀਰ ਹਾਂ ਬੜਾ ਇੰਪੋਰਟੈਂਟ ਹੈ ਬੜਾ 트ੈਜਿਕ ਸ਼ਹੀਦ ਵੀ ਨਹੀਂ ਨੇ ਆ ਪੈਨਸ਼ਨ ਵੀ ਨਹੀਂ ਨੇ ਕੋਈ ਸਹੂਲਤਾ ਵੀ ਨਹੀਂ ਨੇ ਸਹੀ ਗੱਲ ਫਿਰ ਵੀ ਅਗਨੀ ਵੀਰ ਔਰ ਇਹ ਅਗਨੀ ਵੀਰ ਦੀ ਕੀ ਸਟੇਟਸ ਹੈ ਇਹ ਆਰਮੀ ਦਾ ਕੀ ਸਟੇਟਸ ਹੈ ਇਹ ਕਿਹੜੀ ਵੱਖਰੀ ਤਰ੍ਹਾਂ ਦੀ ਆਰਮੀ ਹੈ ਇਹਦੇ ਉੱਤੇ ਸਿਆਸਤ ਮਗ ਗਈ ਹੈ ਇਹ ਇਹ ਮੁੰਡਾ ਜਿਹੜਾ ਅਮਰਤਪਾਲ ਸਿੰਘ ਸੀ ਮਾਨਸਾ ਦੇ ਨੇੜੇ ਪਿੰਡ ਸੀ ਦਾ ਇਹ ਆਪਣੀ ਡਿਊਟੀ ਕਰ ਰਿਹਾ ਸੀ ਉੱਥੇ ਜੇਹੜੇ ਕਿ ਉੱਥੇ ਇਹ ਚੀਜ਼ ਦੀ ਪ੍ਰਾਪਤ ਕਰ ਗਿਆ ਔਰ ਇਹਦੇ ਮਾਂ ਪਿਓ ਵਿਚਾਰੇ ਗਰੀਬ ਆ ਔਰ ਆ ਦੀ ਵੀਡੀਓ ਦੇਖ ਕੇ ਦਾ ਫਾਦਰ ਕਿਸ ਤਰ੍ਹਾਂ ਰੋ ਰਿਹਾ ਕਿਸ ਤਰ੍ਹਾਂ ਤਾਂ ਮਰ ਮਰ ਰੋ ਰਿਹਾ ਔਰ ਚ ਸਿੱਧੂ ਮੁਸਵਾਲਾ ਦੇ ਫਾਦਰ ਵੀ ਬਲਕੌਰ ਸਿੰਘ ਵੀ ਬੈਠੇ ਆ ਉਹ ਵੀ ਰੋ ਰਿਹਾ ਔਰ ਜਿਹੜਾ ਐਸਾ ਮਾਹੌਲ ਆ ਤੁਹਾਡਾ ਵੀਡੀਓ ਵੇਖ ਕੇ ਆ ਵੀ ਅਤ ਡੁੱਡ ਕੇ ਪੈਂਦੇ ਆ ਔਰ ਉਹ ਇਸ ਬੱਚੇ ਨੂੰ ਲਿਹਾਉਣ ਲਈ ਉਹਨਾਂ ਨੇ ਜਿਹੜੀ ਗੱਡੀਆਂ ਅਰੇਂਜ ਕੀਤੀਆਂ ਜਿਹੜੀਆਂ ਲੈ ਕੇ ਗਏ ਉਹ ਸਾਰੀਆਂ ਗੱਡੀਆਂ ਆਪ ਆਪਣੇ ਕੋਲੋਂ ਲਈਆਂ ਨੇ ਅਜਨਾ ਦਾ ਪੰਜਾਬ ਗਵਰਨਮੈਂਟ ਨੇ ਕੋਈ ਹੱਥ ਫਟਾਇਆ ਤੇ ਨਾ ਆਰਮੀ ਨੇ ਔਰ ਆਰਮੀ ਗੋਡ ਆਫ ਆਨਰ ਦਿੰਦੀ ਆ ਉਹ ਨਹੀਂ ਦਿੱਤਾ ਜਦੋਂ ਕਿ ਆਰਮੀ ਨੂੰ ਜਦੋਂ ਪੁੱਛਿਆ ਗਿਆ ਆਰਮੀ ਦੇ ਕਮਾਂਡਰਾਂ ਨੇ ਜਿਹੜੇ ਕੋਆਰਡੀਨੇਟਰ ਨੇ ਉਹਨਾਂ ਨੇ ਕਹਿ ਦਿੱਤਾ ਕਿ ਜਿਹੜਾ ਆਪ ਗੋਲੀ ਨਾਲ ਮਾਰਿਆ ਜਾਂਦਾ ਅਚਾਨਕ ਉਹਨੂੰ ਅਸੀਂ ਕੁਝ ਨਹੀਂ ਦੇ ਸਕਦੇ ਔਰ ਉਹ ਜਦੋਂ ਕਿ ਬਾਕੀ ਜਿਹੜੇ ਰੈਗੂਲਰ ਫੌਜੀ ਆ ਸੈਨਿਕਾ ਜਦੋਂ ਕਿਤੇ ਡਿਊਟੀ ਦੌਰਾਨ ਗੋਲੀ ਚੱਲਦੀ ਆ ਮਰ ਜਾਂਦੇ ਤਾਂ ਉਹਨਾਂ ਨੂੰ ਆਨ ਡਿਊਟੀ ਕਰਕੇ ਸਾਰਾ ਕੁਝ ਦਿੰਦੇ ਆ ਇਨੂੰ ਅਗਨੀਵੀਰ ਕਰਕੇ ਨਹੀਂ ਦਿੱਤਾ ਜਿਹੜੇ ਅਗਨੀਪਾਤ ਸਕੀਮ ਸੀ ਇਹਨਾਂ ਦੀ ਉਹਦੇ ਵਿੱਚ ਔਰ ਪੰਜਾਬ ਗਵਰਨਮੈਂਟ ਨੇ ਕਹਤਾ ਕਿ ਅਸੀਂ ਜੇ ਸੈਂਟਰ ਗਵਰਨਮੈਂਟ ਜਾਂ ਡਿਫੈਂਸ ਜਿਹੜਾ ਇੰਡੀਆ ਦਾ ਕੁਝ ਨਹੀਂ ਕਰਦਾ ਅਸੀਂ ਉਸੇ ਤਰ੍ਹਾਂ ਸ਼ਹੀਦ ਨੂੰ ਫਲਾਮੀ ਕਰਕੇ 1 ਕਰੋੜ ਰੁਪਏ ਦੇਵਾਂਗੇ ਭਗਵੰਤ ਮਾਨ ਨੇ ਐਲਾਨ ਕਰ ਦਿੱਤਾ ਉਹ ਕਹਿੰਦਾ ਅਸੀਂ ਖੁਦ ਜਾਵਾਂਗੇ ਔਰ ਉਹਨਾਂ ਦੇ ਅਕਾਊਂਟ ਚ ਜਾਣਗੇ ਔਰ ਮਦਰ ਫਾਦਰ ਨੂੰ ਹੋ ਸਕੇ ਤਾਂ ਕੋਈ ਨੌਕਰੀ ਤੱਕ ਵੀ ਅਸੀਂ ਕਰਾਂਗੇ ਕੰਮ ਔਰ ਦੇਖੋ ਜਿੱਥੇ ਨੌਕਰੀ ਕਰ ਰਿਹਾ ਮੁੰਡਾ ਜਿੱਥੇ ਉਹਨੇ ਕੰਮ ਕੀਤਾਗਾ ਉਹ 4.5 ਤੱਕ ਨੌਕਰੀ 4.5 ਸਾਲ ਤੱਕ ਨੌਕਰੀ ਹੈ 6 ਮਹੀਨੇ ਦੀ ਟ੍ਰੇਨਿੰਗ ਹੁੰਦੀ ਹੈ ਫਿਰ ਉਹਦੇ ਬਾਅਦ ਵਿਚਾਰਾ ਕਾਲੀ ਹਤੀ ਵਾਪਸ ਆ ਜਾਂਦਾ ਔਰ ਇਕੋ ਬੇਟਾ ਸੀ ਉਹਨਾਂ ਦਾ ਇਕੋ ਮੁੰਡਾ ਸੀ ਅਕਲਾਤਾ ਸੀਗਾ ਕੋਈ ਭੈਣ ਨਹੀਂ ਕੋਈ ਭਰਾ ਨਹੀਂ ਹੋਰ ਔਰ ਉਸ ਪਰਿਵਾਰ ਨਾਲ ਕਿੰਨੀ ਵੱਡਾ ਦੁਖਾਂਤ ਵਾਪਰਿਆ ਔਰ ਨਾ ਕਿਸੇ ਮਾਂ ਨੂੰ ਪੈਨਸ਼ਨ ਆਉਂਦੇ ਪਿਓ ਨੂੰ ਪੈਨਸ਼ਨ ਨਾ ਕੋਈ ਪੈਸਾ ਨਾ ਥੇਲਾ ਨਾ ਕੁਝ ਨਹੀਂ ਹੈਗਾ ਜਿਹੜਾ ਇਕੋ ਕਮਾਊ ਪੁੱਤ ਸੀਗਾ ਉਹ ਉਹਨਾਂ ਦੇ ਹੱਥਾਂ ਚੋਂ ਨਿਕਲ ਗਿਆ ਚਲੇ ਗਿਆ ਔਰ ਗਵਰਨਮੈਂਟ ਨੂੰ ਪਤਾ ਨਹੀਂ ਲੱਗਾ ਕਿ ਕੀ ਹੋਇਆ ਤੁਸੀਂ ਦੇਸ਼ ਦੀ ਹਾਲਤ ਦੇਖੋ ਸ਼ੋਕਤ ਸਹੀ ਗੱਲ ਹੈ ਬਿਲਕੁਲ ਬ ਉਹ ਮਾਂ-ਬਾਪ ਦੇ ਵਾਸਤੇ ਕੋਈ ਜ਼ਿੰਮੇਵਾਰ ਨਹੀਂ ਆ ਉਹ ਜਵਾਨ ਪੁੱਤਰ ਚਲਾ ਗਿਆ ਉਹਦੀ ਜਾਨ ਦੀ ਕੀਮਤ ਜੀ ਮਤ ਦਾ ਮਤਲਬ ਇਹ ਨਹੀਂ ਕਿ ਪੈਸੇ ਤੇਲੇ ਨਾਲ ਕੀਮਤ ਦਾ ਮਤਲਬ ਇਹ ਕਿ ਰਿਸਪੈਕਟ ਕੀ ਆ ਹਾਂ ਕੀ ਵੈਲਿਊ ਆ ਹਿਊਮਨ ਲਾਈਫ ਦੀ ਕੀ ਵੈਲਿਊ ਆ ਬਿਲਕੁਲ ਮਤਲਬ ਅਸੀਂ ਕਿੱਥੇ ਖੜੇ ਆ ਸਾਡੀ ਕਿੰਨੀ ਕਿ ਜ਼ਿੰਮੇਵਾਰੀ ਆ ਅਸੀਂ ਆਪਣੇ ਦੇਸ਼ ਦੇ ਨਾਗਰਿਕ ਦੇ ਪ੍ਰਤੀ ਕਿੰਨੇ ਕਿ ਜ਼ਿੰਮੇਵਾਰ ਆ ਸਾਡੀਆਂ ਸਰਕਾਰਾਂ ਆਪਣੇ ਦੇਸ਼ ਦੇ ਨਾਗਰਿਕਾਂ ਦੇ ਪ੍ਰਤੀ ਕਿੰਨੀਆਂ ਕਿ ਜ਼ਿੰਮੇਵਾਰ ਨੇ ਇਹ ਗੱਲਾਂ ਸਾਹਮਣੇ ਆਉਂਦੀਆਂ ਪਈਆਂ ਜੇ ਡਿਸਕਸ਼ਨ ਕਰਨ ਬੈਠੋ ਤਾਂ ਦਿਲ ਦੁਖੂ ਆ ਬਸੇ ਮਿਨਿਸਟਰੀ ਆਫ ਡਿਫੈਂਸ ਜਿਹੜੀ ਉਹਨਾਂ ਨੇ ਆਪਣਾ ਹੱਥ ਤੇ ਇੱਕ ਮਿੰਟ ਖਿੱਚ ਲਿਆ ਉਹਨਾਂ ਕਹਿੰਦਾ ਕਿ ਅਸੀਂ ਗॉड ਆਫ ਆਨਰ ਉਹਨੂੰ ਨੇ ਦਿੰਦੇ ਜਿਹੜਾ ਅਚਾਨਕ ਆਪ ਗੋਲੀ ਨਾਲ ਮਾਰਿਆ ਜਾਂਦਾ ਉਹਨਾਂ ਨੂੰ ਇਹ ਪੁੱਛਿਆ ਹੈ ਤਾਂ ਡਿਊਟੀ ਤੇ ਹੀ ਆ ਨਾ ਉਹ ਕੋ ਘਰ ਦੀ ਰਾਖੀ ਤੇ ਨਹੀਂ ਕਰ ਰਿਹਾ ਦੇਸ਼ ਦੀ ਰਾਖੀ ਲਈ ਰਫਲ ਲੈ ਕੇ ਖੜਾਗਾ ਜੇ ਅਚਾਨਕ ਟ੍ਰਾਈਗਰ ਦੱਬਿਆ ਗਿਆ ਜਾਂ ਕੁਝ ਹੋ ਗਿਆ ਤਾਂ ਉਹਨੂੰ ਕੋਈ ਸੀਅਸਟ ਕਰੋਗੇ ਕਹੋਗੇ ਉਹਦੇ ਚ ਕੀ ਉਹਨੂੰ ਕੀ ਕਹੋਗੇ ਉਹਦੂ ਕਿਸ ਕੈਟਾਗਰੀ ਚ ਰੱਖੋਗੇ ਕਿਹੜੇ ਮੈਡੀਕਲ ਤੇ ਲੈ ਕੇ ਆਓਗੇ ਕਿਸ ਉਹਦੀ ਮੌਤ ਨੂੰ ਕਿੱਥੇ ਲੈ ਕੇ ਆਓਗੇ ਉਨੇ ਆਪ ਮਾਰ ਲਈ ਗੋਲੀ ਇਹ ਦੇਖੋ ਕਿੰਨਾ ਅੰਦਾ ਤੁੰਦ ਜਿਹੜੀ ਆ ਲੋਕਾਂ ਦੀ ਸੋਚ ਜਿਹੜੀ ਲੀਡਰ ਨੇ ਉੱਤੇ ਔਰ ਜਿਨ੍ਹਾਂ ਦਾ ਕਾਲਜਾ ਬਲੁੰਦ ਰਿਆ ਗਿਆ ਜਿਨ੍ਹਾਂ ਦਾ ਬੇਟਾ ਇਸ ਜਹਾਨ ਤੋਂ ਚਲੇ ਗਿਆ ਜਿਨ੍ਹਾਂ ਗਿੱਠਾ ਐਮੈਂਡਮੈਂਟ ਪਾਲਿਆ ਸੀਗਾ ਉਸ ਮਾਂ ਨੂੰ ਪੁੱਛੋ ਕਿ ਕੀ ਹੈਗਾ ਹਾਲਾਂਕਿ ਬੇਟਾ ਤੈਨੂੰ ਮਿਲਣਾ ਨਹੀਂ ਪਾਵੇ 4 ਕਰੋੜ ਵੀ ਦੇ ਦੇਣ ਉਹ ਬੇਟਾ ਤਾਂ ਕਿਸੇ ਤਰੀਕੇ ਨਾਲ ਮਿਲਣਾ ਨਹੀਂ ਪਰ ਉਹਨਾਂ ਨੂੰ ਘੱਟੋ-ਘੱਟ ਬੜਾਪੇ ਦਾ ਕੁਝ ਸਹਾਰਾ ਤਾਂ ਦੇ ਦਿਓ ਪੈਨਸ਼ਨ ਲਾ ਦਿਓ ਉਹਨਾਂ ਨੂੰ ਕੁਝ ਪੈਸਾ ਦੇ ਦਿਓ ਹਾਲਾਂਕਿ ਵਿਆਹ ਵੀ ਨਹੀਂ ਗਮੁੰਡਾ ਜੇ ਬਿਆਨ ਦਾ ਤਾਂ ਹੋਰ ਵੱਡਾ ਜਿਆਦਾ ਦੁਖਾਂਤ ਹੋਣਾ ਸੀ ਉਹ ਕੁੜੀ ਵਿਚਾਰੀ ਨਾ ਇੱਧਰ ਜੋਗੀ ਨਾ ਉੱਧਰ ਜੋਗੀ ਰਹਿਣਾ ਸੀਗਾ ਇਹ ਸੀ ਕੱਲਾ ਮੁੰਡਾਗਾ ਔਰ ਇਦਾਂ ਦੇ ਹੋਰ ਵੀ ਸੈਨਿਕ ਬੜੇ ਮਾਰੇ ਗਿਆ ਜਿਨ੍ਹਾਂ ਨੂੰ ਪੰਜਾਬ ਗਵਰਨਮੈਂਟ ਨੇ ਵਾਕਈ ਪੈਸਾ ਦਿੱਤਾ ਚਲੋ 1 ਕਰੋੜ ਨਾਲ ਘਟੋ ਘਟ ਰੋਟੀ ਤਾਂ ਖਾਣਗੇ ਵਿਚਾਰੇ ਬੱਚਾ ਕ ਅੱਗੇ ਕਮਾ ਕੇ ਭੇਜਦਾ ਸੀ ਉੱਥੇ ਸਿਰਫ ਤਨਖਾਹ ਵੀ ਥੋੜੀ ਹੈਗੀ ਵਰਦੀਆਂ ਵੀ ਇਦਾਂ ਦੀਆਂ ਹੈਗੀਆਂ ਕੋਈ ਮੈਡੀਕਲ ਨਹੀਂ ਕੋਈ ਹੋਰ ਅਲਾਉਂਸ ਨਹੀਂਗਾ ਕੋਈ ਕਿੱਟ ਨਹੀਂ ਗਈ ਕੁਛ ਨਹੀਂ ਇਹ ਇੱਕ ਨਾਂ ਦੀ ਇੱਕ ਪਹਿਲੀ ਗੱਲ ਤਾਂ ਸਕੀਮ ਇਸ ਤਰ੍ਹਾਂ ਦੀ ਹੈਗੀ ਕਿ ਜਿਹੜੀ ਲੋਕਾਂ ਨੇ ਉਹਨੂੰ ਦਰਕਾਰ ਹੈ ਅਸੀਂ ਇਸ ਸਕੀਮ ਚ ਬਾਈਕਾਟ ਕਰ ਜਦੋਂ ਕਿ ਪੰਜਾਬ ਦੇ ਵਿੱਚ ਜਦੋਂ ਰਿਕਰੂਟਮੈਂਟ ਹੁੰਦੀ ਹੈ ਪੰਜਾਬ ਦਾ ਜਿਹੜਾ ਹਿੱਸਾ ਜ਼ਿਆਦਾ ਵਾ ਪੰਜਾਬ ਦੇ ਨੌਜਵਾਨ ਲੰਬੇ ਉੱਚੇ ਸਾਰਾ ਕੁਝ ਹੈ ਬਾਹਰ ਕਿਹੇ ਸੂਬੇ ਨਾਲ ਪੰਜਾਬ ਦੀ ਰਿਕਰੂਟਮੈਂਟ ਜਿਹੜੀ ਇਹਦੀ ਨਫਰੀ ਜ਼ਿਆਦਾ ਪੰਜਾਬ ਦੇ ਮੁੰਡਿਆਂ ਨੇ ਉਹ ਦਰਕਾਰ ਤੱਕ ਨਹੀਂ ਅਸੀਂ ਫੌਜ ਨਹੀਂ ਜਾਵਾਂਗੇ ਵਿਚਾਰੇ ਬਹੁਤ ਜ਼ਿਆਦਾ ਜਿਹੜੇ ਬੇਰੁਜ਼ਗਾਰ ਨੇ ਜਿਹੜੇ ਬਹੁਤ ਲੋੜਿੰਦੇ ਜਿਹੜੇ ਨੀਡੀ ਆ ਉਹ ਜਾਂਦੇ ਵਿਚਾਰੇ ਨਹੀਂ ਤਾਂ ਗੇ ਜਰਨਲ ਕਰਨਲ ਬਰਗੇਡੀਅਰ ਸਾਰੇ ਪੰਜਾਬ ਚੋਂ ਗਏ ਆ ਜਿਹੜੇ ਵੀ ਨਾਮ ਲਓਗੇ ਤੁਸੀਂ ਉਹਨਾਂ ਦੇ ਵਿੱਚ ਸਾਰੇ ਪੰਜਾਬੀ ਰਹੇ ਪੰਜਾਬੀਆਂ ਦਾ ਜਿਹੜਾ ਸਭ ਤੋਂ ਪਿਆਰਾ ਖੇਤਰ ਰਿਹਾ ਕੰਮ ਕਰਨ ਦਾ ਉਹ ਫੌਜ ਰਿਹਾ ਬਿਲਕੁਲ ਸਹੀ ਗੱਲ ਹਾਂ ਤਾਂ ਹੁਣ ਤੁਹਾਡੇ ਕੀ ਵਿਚਾਰ ਨੇ ਤੁਸੀਂ ਸਾਨੂੰ ਜ਼ਰੂਰ ਇਨਬਾਕਸ ਕਰੋ ਹਾਂ ਤੇ ਸਾਡਾ ਚੈਨਲ ਪੰਜਾਬ ਮਿਲ ਯੂ ਐਸ ਏ ਟੀ ਵੀ ਸਬਸਕ੍ਰਾਈਬ ਕਰੋ ਬਲਕਾ ਜੀ ਚਲਿਏ ਜ਼ਰੂਰ ਜੀ ਸਤਿ ਸ਼੍ਰੀ ਅਕਾਲ